हरी कास्ट देहर मन प्यारे दर्शकों, मैं जनकरा चौहान आज दे इस प्रोग्राम विच अपने हर मन प्यारे दर्शकों का हार्दिक स्वागत कर दिया हूं। तुहानू जी हां, सत श्री अकाल, नमस्ते, आदावस आखदा। अज का विषय है साडे प्रवासी भारती जो कि विदेशों के विच रात दिन मेहनत करके लगन दे नाल साढ़े को साढ़े देश विच पैसा भेज रहे हैं और साढ़े खास करके पंजाब और इंडिया दी डिवेलपमेंट विच उन्हां दा बहुत योगदान है। इस विषय ते चर्चा करन साढ़े अज स्पैशल सद्दे ते उचेचे तौर ते तशरीफ लए ने श्री रमेश चंद्र जी, IFS जो कि कई कंट्रियां दे विच कई देशां दे विच अंबेसडर रहे हैं, फर्स्ट सैकटरी रहे हैं, सैकेंड सैकटरी रहे हैं और इन्हां दा बहुत ही तजर्बा है। तो रमेश जी साढ़े स्टूडियो च, सब तो पहला रमेश जी मैं तुसी स्टूडियो च आए हैं, तुहाडा बहुत बहुत मैं स्वागत करना ते असी गलबात करांगे अपने दर्शकों के नाल। रमेश जी तुहाडा इत्थे आउण ते बहुत बहुत धन्नवाद, तुसी उचेचा टाइम कढ के साडे कोल तशरीफ लए ने ते अज असी शेयर करांगे कि किवें तुसी इन्ने देशां दे विच सर्विस कीती है, साडे जिहड़े प्रवासी भारती है उन्हां नाल तालमेल बनाया है और तुहाडा इत्थे आ के भी जो तुसी अपनियां सेवावां पूरियां करन तों बाद भी अपनियां सेवावां लोकां नूं दे रहे हैं, कई समाज सेवी संस्था दे नाल जुड़े है ते अज असी गलबात करांगे। सब तो पहला मैं पुछांगा कि तुसी एज ए IFS इस खेत्र च कदों आए सो? मैं इंडियन फॉरन सर्विस फ्रैंकली 1970 च जॉइन कीता सी, बट एट द लोअर रंग। आई वॉज नॉट इन द प्रॉपर इंडियन फॉरन सर्विस एट द हाईएस्ट रंग, आई जॉइन एट द लोअर रंग। दैन आई अगेन मैं फिर एग्जाम दिते, डिपार्टमेंटल एग्जाम दिते, डायरेक्टली UPSC एग्जाम दिते, तो फिर मैं धीरे धीरे करके तरक्की कर गया तो इंडियन फॉरन सर्विस के बच्चे प्रॉपर इंडक्ट हो गया। बहुत बहुत खुशी वाली गल है, ये बड़ी स्ट्रगल सी बट पर मैं खुशकिस्मत सी कि मैं इतने तक पहुँच सकिया। तुसी इन्ने छोटे पद्धर तो चल के एक अंबेसडर बनना, अंबेसडर तक इंडियन फॉरेन सर्विस तो जाके अंबेसडर तक जाना बहुत बड़ी एक तुहाडी अचीवमेंट है। ये बड़ी मैनू फखर दी गल है कि मैं इत्थे तक पहुँच सकिया, थोड़ी मेहनत भी सी पर तुहाडे अपने समाज की अपने मेरी भैणा भरावां दी परिवार की शुभकामनावां और साथ भी नाल सी ते इत्थे तक आया, मैं खुश हाँ। तो रमेश जी तुसी ਕਿਹੜੇ ਕਿਹੜੇ ਕੰਟਰੀ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਜਿੱਥੇ ਤੁਹਾਨੂੰ ਇੱਕ ਅੰਦਰੋਂ ਇੱਕ ਸੰਤੁਸ਼ਟੀ ਹੋਈ ਹੈ? ਫਰੈਂਕਲੀ ਮੈਨੂੰ ਸੰਤੁਸ਼ਟੀ ਤਾਂ ਸਾਰੀ ਸਰਵਿਸ ਦੇ ਵਿੱਚ ਹੀ, ਬਹੁਤ ਹੀ ਇੱਕ ਮੀਨਿੰਗਫੁੱਲ ਸਰਵਿਸ ਕੀਤੀ ਆ, ਬਹੁਤ ਹੀ ਇਨਰ ਸੈਟਿਸਫੈਕਸ਼ਨ ਸੀਗੀ ਕਿਉਂਕਿ ਸਰਵਿਸ ਦੇ ਵਿੱਚ ਰਹਿ ਕੇ ਮੈਂ ਕੁਛ ਮਹਿਸੂਸ ਕੀਤਾ ਕਿ ਮੈਂ ਕੁਛ ਕਰ ਸਕਿਆ, ਕਿ ਡਿਪਲੋਮੈਸੀ ਦੇ ਵਿੱਚ ਮੈਂ ਥਿਕਨੈਸ 'ਚ ਰਿਹਾ। ਬਹੁਤ ਅੱਛਾ। ਮੈਂ ਸ਼ੁਰੂ ਕੀਤਾ ਸੀ ਪਹਿਲੀ ਪੋਸਟਿੰਗ, ਪਹਿਲਾਂ ਮੈਂ ਦਿੱਲੀ ਜਿਸ ਪਹਿਲਾਂ ਜੁਆਇਨ ਕੀਤਾ, ਸ਼ੁਰੂ 'ਚ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੇ ਵਿੱਚ ਪ੍ਰੋਟੋਕੋਲ ਆਫਿਸਰ ਸੀਗਾ। ਬਹੁਤ ਅੱਛਾ। ਫਿਰ ਮੇਰੀ ਪੋਸਟਿੰਗ ਹੋ ਗਈ, ਮੈਂ ਚਾਈਨਾ ਚਲਾ ਗਿਆ, ਚਾਈਨਾ ਤੋਂ ਬਾਅਦ ਮੇਰੀ ਫਿਰ ਹਿੰਦੁਸਤਾਨ ਵਾਪਸ ਆਇਆ ਤਾਂ ਫਿਰ ਦੁਬਾਰਾ ਮੈਨੂੰ ਉਸੇ ਹੀ ਪੋਸਟ ਦੇ ਉੱਤੇ ਮਿਸਿਸ ਇੰਦਰਾ ਗਾਂਧੀ ਦੇ ਦਫ਼ਤਰ 'ਚ ਲਾਇਆ ਗਿਆ ਕਿ ਮੇਰੇ ਪੁਰਾਣੇ ਐਕਸਪੀਰੀਅੰਸ ਨੂੰ ਦੇਖ ਕੇ ਪ੍ਰੋਟੋਕੋਲ ਰਿਹਾ। ਮੈਂ ਬਹੁਤ ਨਜ਼ਦੀਕੀ 3.5 ਸਾਲ ਮੈਂ ਇੰਦਰਾ ਗਾਂਧੀ ਦੇ ਜਸਟ ਅੰਡਰ ਨੋਜ਼ ਕੰਮ ਕੀਤਾ, ਸਮਝ ਲਓ ਖਾਸ ਕਰ ਰਿਹਾ ਐਮਰਜੈਂਸੀ ਦੇ ਜ਼ਮਾਨੇ ਵਿੱਚ, ਕਿ ਉਹਨਾਂ ਦੇ ਦਫ਼ਤਰ ਦੇ ਵਿੱਚ ਬਹੁਤ ਨਜ਼ਦੀਕ ਤੋਂ ਰੋਜ਼। ਅੰਦਰ ਤਾਂ ਨਹੀਂ, ਮੈਂ ਛੋਟਾ ਜੂਨੀਅਰ ਬੰਦਾ ਸੀ ਉਸ ਵੇਲਾ, ਪਰ ਬਾਹਰ ਕੀ ਹਾਲਾਤ ਹੁੰਦੇ ਸੀ, ਕੋਰੀਡੋਰਸ ਆਫ ਪਾਵਰਸ ਦੇ ਵਿੱਚ ਕੀ ਹੋ ਰਿਹਾ ਸੀ ਇਹ ਦੇਖਦਾ ਸੀ ਜ਼ਰੂਰ, ਅੰਦਰ ਤਾਂ ਨਹੀਂ ਦੇਖਦਾ ਸੀ ਕਿਉਂਕਿ ਆਈ ਵਾਜ਼ ਨੋਟ ਦੈਟ ਸੀਨੀਅਰ। ਬਹੁਤ ਅੱਛਾ। ਉਹ ਤੋਂ ਬਾਅਦ ਫਿਰ ਮੈਂ ਚਲਾ ਗਿਆ ਯਮਨ ਸਾਨਾ, ਉੱਥੇ ਜਿੱਦਾਂ ਤੁਹਾਡਾ ਸਬਜੈਕਟ ਅੱਜ ਦਾ NRIC ਬਾਰੇ ਆ, ਉੱਥੇ ਕਾਫੀ ਕੰਸਨਟ੍ਰੇਸ਼ਨ ਸੀ ਇੰਡੀਅਨ ਲੇਬਰ ਦਾ, ਉੱਥੇ ਮੈਂ ਕੰਮ ਕੀਤਾ। ਉਹ ਤੋਂ ਬਾਅਦ ਮੈਂ ਚਲਾ ਗਿਆ ਸ਼੍ਰੀਲੰਕਾ, ਕੈਂਡੀ ਅਸਿਸਟੈਂਟ ਹਾਈ ਕਮਿਸ਼ਨਰ ਦੇ ਦਫ਼ਤਰ 'ਚ, ਅਤੇ ਉਸ ਵੇਲਾ ਉੱਥੇ ਵੀ NRS ਨੇ ਕੰਮ ਕੀਤਾ ਕਿਉਂਕਿ ਸਾਡਾ ਸ਼੍ਰੀ ਮੋਬੋ ਭੰਡਾਰਨਾ ਇੱਕ ਸ਼ਾਸਤਰੀ ਐਗਰੀਮੈਂਟ ਦੇ ਮੁਤਾਬਕ ਅਸੀਂ 800,000 ਸ਼੍ਰੀਲੰਕਨਸ ਨੂੰ ਜਿਹੜੇ ਕਿ ਸਟੇਟਲੈਸ ਸੀਗੇ ਉਹਨਾਂ ਨੂੰ ਸਿਟੀਜ਼ਨਸ਼ਿਪ ਇੰਡੀਆ ਦੇਣੀ ਸੀ, ਉਹ ਮੈਂ ਕੰਮ ਦੇਖਦਾ ਸੀ ਜੀ। ਉਹ ਤੋਂ ਬਾਅਦ ਫਿਰ ਮੈਂ ਆ ਗਿਆ ਵਾਪਸ ਦਿੱਲੀ, ਹਾਂਜੀ, ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵਿੱਚ, ਤਾਂ ਮੈਂ ਜਿੱਦਾਂ ਕਿ ਈਸਟਰਨ ਯੂਰਪ ਡੈਸਕ ਦਾ ਇੰਚਾਰਜ ਸੀਗਾ, ਡੈਸਕ ਆਫਿਸਰ ਡਿਪਟੀ ਸੈਕਟਰੀ ਸੀਗਾ। ਵੈਰੀ ਗੁੱਡ। ਈਸਟਰਨ ਯੂਰਪ ਦੇ ਸਾਰੇ ਕੰਟਰੀ ਉਸ ਵੇਲਾ ਬਾਇਫਰਗੇਟ ਨਹੀਂ ਸੀ ਹੋਏ, ਉਹ ਇਕੱਠੇ ਸੀ ਜੀ ਉਸ ਵੇਲਾ। ਉਸ ਤੋਂ ਬਾਅਦ ਫਿਰ ਮੈਂ ਚਲਾ ਗਿਆ ਸਵੀਡਨ,
ਬਹੁਤ ਅੱਛਾ। ਸਵੀਡਨ 3 ਸਾਲ ਰਿਹਾ, ਕਬ ਤੱਕ ਸੀਨੀਅਰ ਹੋ ਗਿਆ ਸੀਗਾ, ਫਸਟ ਸੈਕਟਰੀ ਮੈਂ ਸੀਗਾ ਉੱਥੇ ਦਾ। ਮੈਂ ਸ਼ਾਸ਼ਦੇ ਫਿਰ ਵੀ ਕਈ ਵਾਰੀ ਰਿਹਾ, ਨਾਲ ਮੈਂ ਲਾਤਵੀਆ ਦੇਖਦਾ ਸੀ ਉੱਥੋਂ ਸਵੀਡਨ ਤੋਂ। ਫਿਰ ਸਵੀਡਨ ਤੋਂ ਬਾਅਦ ਮੈਂ ਚਲਾ ਗਿਆ ਯੁਗਾਂਡਾ। ਬਹੁਤ ਯੁਗਾਂਡਾ ਦੇ ਵਿੱਚ ਵੀ ਹੋਰ ਵੀ ਦੋ ਕੰਟਰੀ ਮੇਰੇ ਨਾਲ ਸੀਗੇ, ਬਰੁੰਡੀ ਅਤੇ ਰਵਾਂਡਾ। ਬਹੁਤ ਅੱਛਾ। ਅਤੇ ਫਿਰ ਮੈਂ ਆ ਗਿਆ ਇੰਡੀਆ ਵਾਪਸ। ਉਸ ਵੇਲੇ ਮੈਂ ਸੀਨੀਅਰ ਡਿਪਲੋਮੈਟ ਹੋ ਗਿਆ ਸੀਗਾ, ਤਾਂ ਮੈਂ ਸਾਰੇ ਸੈਂਟਰਲ ਏਸ਼ੀਆ ਦਾ ਇੰਚਾਰਜ ਸੀਗਾ ਦਿੱਲੀ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵਿੱਚ ਸਾਰੇ ਸੈਂਟਰਲ ਏਸ਼ੀਅਨ ਕੰਟਰੀ ਦਾ ਡਾਇਰੈਕਟਰ ਇੰਚਾਰਜ ਸੀਗਾ, ਡਾਇਰੈਕਟਰ ਲੈਵਲ ਦਾ ਇੰਚਾਰਜ ਸੀਗਾ ਜੀ। ਉਹ ਤੋਂ ਬਾਅਦ ਫਿਰ ਮੈਂ ਮਿਨਿਸਟਰ ਕੌਂਸਲ ਬਣ ਕੇ ਚਲਾ ਗਿਆ, ਹੋਰ ਸੀਨੀਅਰ ਹੋ ਗਿਆ ਤਾਂ ਟੋਕੀਓ ਜੀ, ਜਪਾਨ। ਜਪਾਨ ਤੋਂ ਬਾਅਦ ਮੈਂ ਚਲਾ ਗਿਆ ਚੈੱਕ ਰਿਪਬਲਿਕ, ਪ੍ਰਾਗ। ਚੈੱਕੋਸਲੋਵਾਕੀਆ ਪਹਿਲਾਂ ਸੀਗਾ, ਹੁਣ ਉਹ ਦੋ ਕੰਟਰੀ ਬਣ ਚੁੱਕਾ, ਸਲੋਵਾਕੀਆ ਲੱਗ ਗਿਆ ਅਤੇ ਚੈੱਕ ਰਿਪਬਲਿਕ ਦੋਨੋਂ ਲੱਗ ਗਏ ਰਸ਼ੀਆ ਦੇ ਅੰਦਰ। ਉਸ ਵੇਲੇ ਮੈਂ ਮਿਨਿਸਟਰ ਸੀਗਾ, ਆਲਮੋਸਟ ਅੰਬੈਸਡਰ ਦਾ ਰੈਂਕ ਹੁੰਦਾ, ਹਲਕੇ ਅੰਬੈਸਡਰ ਹੋ ਸੀ ਕਿਉਂਕਿ ਮੇਰੀ ਪ੍ਰਮੋਸ਼ਨ ਉੱਥੇ ਹੀ ਹੋਈ ਸੀ। ਉਹ ਤੋਂ ਬਾਅਦ ਮੈਂ ਫਿਰ ਅੰਬੈਸਡਰ ਲੈਵਲ ਦੀ ਪੋਸਟ ਸੀਗੀ, ਕੌਂਸਲ ਜਨਰਲ ਆਫ ਇੰਡੀਆ ਇਨ ਸਕੋਟਲੈਂਡ। ਬਹੁਤ ਅੱਛਾ। ਮੈਂ ਫਿਰ ਉੱਥੇ ਚਲਾ ਗਿਆ, ਉੱਥੇ ਵੀ ਕਾਫੀ ਕੰਸਨਟ੍ਰੇਸ਼ਨ ਸੀ ਇੰਡੀਅਨ ਕਮਿਊਨਿਟੀ ਦਾ, ਡਾਇਸਫੋਰਾ ਦਾ, ਅਤੇ ਕਾਫੀ ਕੰਮ ਜਿਹੜਾ ਨੋਨ ਰੈਜ਼ੀਡੈਂਟ ਇੰਡੀਅਨ ਰਿਲੇਟਡ ਕੰਮ ਜ਼ਿਆਦਾ ਸੀਗਾ। ਉਹ ਤੋਂ ਬਾਅਦ ਫਿਰ ਮੈਂ ਅੰਬੈਸਡਰ ਹੋ ਕੇ ਚਲਾ ਗਿਆ ਬੈਲਾਰੂਸ, ਜਿਹੜਾ ਕਿ ਯੂਰਪ ਦੇ ਵਿੱਚ ਨੇਬਰਿੰਗ ਰਸ਼ੀਆ, ਉਕਰੇਨ ਐਂਡ ਪੋਲੈਂਡ ਦੇ ਹੈਗਾ। ਅਤੇ ਉਹ ਤੋਂ ਬਾਅਦ ਵੀ ਮੈਂ 2010 ਦੇ ਵਿੱਚ ਰਿਟਾਇਰ ਹੋ ਗਿਆ। ਰਿਟਾਇਰ ਹੋਣ ਤੋਂ ਬਾਅਦ ਹੁਣ ਮੈਂ ਜਿੱਦਾਂ ਕੱਲ੍ਹ ਹੀ ਮੈਂ ਲਿਖਿਆ ਕਿ ਆਈ ਹੈਵ ਸਟਾਰਟਡ ਮਾਈ ਸੈਕਿੰਡ ਇਨਿੰਗ, ਹੁਣ ਮੈਂ ਆਪਣਾ ਨਵਾਂ ਇੱਥੇ ਇੰਡੈਵਰ ਸ਼ੁਰੂ ਕੀਤਾ, ਇੱਕ ਜਲੰਧਰ ਸਕੂਲ ਫਾਰ ਕੈਰੀਅਰਸ ਐਂਡ ਅਪਰਚੁਨਿਟੀਜ਼, ਇੱਕ ਕਮਰਸ਼ਲ ਐਂਟੀਟੀ ਨਹੀਂ ਬਲਕਿ ਇੱਕ ਸੋਸ਼ਲ ਐਂਟੀਟੀ ਕਰਕੇ, ਇੱਕ ਸੈਲਫ ਸਸਟੇਨਿੰਗ, ਕਿ ਮੈਂ ਆਈ ਸ਼ੈਲ ਪੇ ਬੈਕ ਦ ਡੈਟ ਆਫ ਗ੍ਰੈਟੀਟਿਊਡ ਟੂ ਮਾਈ ਸੋਸਾਇਟੀ। ਮਤਲਬ ਅਜੇ ਵੀ ਤੁਸੀਂ, ਤੁਹਾਡੇ ਕੋਲ ਕੁਛ ਕਰਨ ਦੀ ਤਮੰਨਾ ਹੈ ਕਿ ਉਸ ਲੈਵਲ ਤੋਂ ਉੱਠ ਕੇ, ਬਹੁਤ ਛੋਟੇ ਲੈਵਲ ਤੋਂ ਹੋ ਕੇ ਜੀ ਤੁਸੀਂ ਆਈ ਐਫ ਐਸ ਬਣਨਾ, ਯੂ ਪੀ ਐਸ ਥਰੂ ਮਤਲਬ ਪ੍ਰਮੋਟ ਹੋ ਕੇ ਜੀ, ਇੱਕ ਤਾਂ ਡਾਇਰੈਕਟ ਆਏ, ਇੱਕ ਦੂਜੀ ਪ੍ਰਮੋਸ਼ਨ ਤੁਸੀਂ ਲਈ ਹੈ, ਪ੍ਰਮੋਸ਼ਨ ਲੈ ਕੇ ਕਿੱਥੇ ਅੰਬੈਸਡਰ ਅਤੇ ਕਿੱਥੇ ਫੋਰਨ ਦੇ ਵਿੱਚ ਮਿਨਿਸਟਰ ਤੱਕ ਦਾ ਰੈਂਕ ਲੈਣਾ, ਇੱਕ ਬਹੁਤ ਵੱਡੀ ਇਹ ਅਚੀਵਮੈਂਟ ਹੈ। ਅਤੇ ਰਮੇਸ਼ ਜੀ, ਤੁਸੀਂ, ਤੁਹਾਡਾ ਇੰਨਾ ਤਜਰਬਾ, ਸਾਡੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਪ੍ਰਵਾਸੀ ਭਾਰਤੀ ਹੈ, ਬਹੁਤ ਮਿਹਨਤ ਦੇ ਗਏ ਇੱਥੇ, ਉਹਨਾਂ ਨੇ ਮਿਹਨਤ ਕੀਤੀ ਹੈ ਕਈਆਂ ਦੇਸ਼ਾਂ ਦੇ ਨਾਲ, ਜਿੱਥੇ ਉਹਨੇ ਨੇ ਆਪਣੇ ਦੇਸ਼ ਵਾਸਤੇ, ਆਪਣੇ ਪਿੰਡਾਂ ਵਾਸਤੇ, ਆਪਣੇ ਘਰਾਂ ਵਾਸਤੇ ਕੰਮ ਕੀਤਾ ਹੈ, ਉਹਨਾਂ ਮੁਲਕਾਂ ਵਾਸਤੇ ਵੀ ਉਹਨਾਂ ਦੀ ਇਕਨੋਮਿਕ ਜਿਹੜੀ ਇੰਪਰੂਵਮੈਂਟ ਹੈ, ਸਥਿਤੀ ਹੈ, ਉਹਨਾਂ ਨੂੰ ਵੀ ਉਹਨਾਂ ਨੇ ਮਜ਼ਬੂਤ ਬਣਾਇਆ, ਉਸ ਦੇ ਪ੍ਰਤੀ ਤੁਹਾਡਾ ਕੀ ਤਜਰਬਾ? ਇਹ ਬਿਲਕੁਲ ਸਹੀ ਗੱਲ ਆ, ਸਾਨੂੰ ਆਪਣੇ ਡਾਇਸਫੋਰਾ 'ਤੇ ਇੰਡੀਅਨ ਜਿਹੜੇ ਨੋਨ ਰੈਜ਼ੀਡੈਂਟ ਇੰਡੀਅਨਸ ਆ ਜਾਂ ਪਰਸਨ ਆਫ ਇੰਡੀਅਨ ਓਰੀਜਨ ਆ, ਇਹਨਾਂ 'ਤੇ ਬੜਾ ਮਾਣ ਆ। ਇੰਨੇ ਕੋਈ 20 ਮਿਲੀਅਨ ਲੋਕ ਹਿੰਦੁਸਤਾਨੀ ਪ੍ਰਵਾਸੀ ਭਾਰਤੀ ਬਾਹਰ ਰਹਿੰਦੇ ਆ, ਇੱਦਾਂ ਦੇ ਕਈ ਮੁਲਕ ਆ ਜਿਹੜੇ ਕਿ ਜਿਹਨੇ ਮੁਲਕਾਂ 'ਚ ਤੁਸੀਂ ਪ੍ਰਾਈਮ ਮਿਨਿਸਟਰ, ਪ੍ਰੈਜੀਡੈਂਟ ਜਿਹੜੇ ਕਿ ਇੰਡੀਅਨ ਓਰੀਜਨ ਦੇ ਬੰਦੇ ਆ, ਕਿ ਸਾਡੇ ਡਾਇਸਫੋਰਾ ਕਈਆਂ ਦੇਸ਼ਾਂ ਦੇ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਹੈ, ਤੁਹਾਡੇ ਚੀਫ ਮਿਨਿਸਟਰ ਹੈ, ਐਮਪੀ ਹੈ, ਕੌਂਸਲਰ ਤਾਂ ਬਹੁਤ ਆ, ਮੇਅਰ ਆ, ਇਹ ਸਭ ਕੁਝ ਹੈ, ਇਹ ਬਹੁਤ ਵੱਡੀ ਗੱਲ ਆ। ਇਹਨਾਂ ਨੇ ਹਿੰਦੁਸਤਾਨ, ਸਿਰਫ ਇਸ ਗੱਲ ਦਾ ਇਹ ਫਾਇਦਾ ਇਹ ਹੋਇਆ ਕਿ ਉਹਨਾਂ ਨੇ ਬਾਹਰ ਜਾ ਕੇ ਇੱਕ ਬਹੁਤ ਮਿਹਨਤ ਔਰ ਮਜ਼ਦੂਰੀ ਔਰ ਬਹੁਤ ਨੇਚਾ ਦੇ ਨਾਲ, ਬਹੁਤ ਡੈਡੀਕੇਸ਼ਨ ਦੇ ਨਾਲ ਕੰਮ ਕੀਤਾ, ਉਹਦੇ ਨਾਲ ਆਪਣੀ ਮਾਲੀ ਹਾਲਾਤ ਨੂੰ ਤਾਂ ਸੁਧਾਰਿਆ, ਆਪਣੇ ਪਿੰਡਾਂ ਦੀ, ਆਪਣੇ ਭੈਣਾਂ ਭਰਾਵਾਂ ਦੀ, ਆਪਣੀ ਮਾਲੀ ਹਾਲਾਤ ਨੂੰ ਤਾਂ ਸੁਧਾਰਿਆ ਹੀ ਸੁਧਾਰਿਆ, ਦੇਸ਼ ਦੀ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਵੀ ਥੋੜ੍ਹਾ ਬਹੁਤ ਜਿੰਨਾ ਵੀ ਹਿੱਸਾ ਪੈਂਦਾ ਪਾਇਆ। ਪਰ ਉਹਨਾਂ ਮੁਲਕਾਂ ਜਿੱਥੇ ਉਹ ਕੰਮ ਕਰਦੇ ਆ, ਉੱਥੇ ਦੀ ਇਕੋਨਮੀ ਨੂੰ ਸੁਧਾਰਿਆ, ਉੱਥੇ ਦੀ ਇਕੋਨਮੀ ਨੂੰ ਸੰਭਾਲਿਆ, ਕਿਉਂਕਿ ਇਹਨਾਂ ਇੰਡੀਅਨ ਡਾਇਰੈਸਫੋਰਾ ਦਾ ਇੱਕ ਬਹੁਤ ਵੱਡਾ ਇੱਕ ਕਰੈਕਟਰਿਸਟਿਕ ਆ ਕਿ ਉੱਥੇ ਕੰਮ ਕਰਨਾ, ਮਿਹਨਤ ਨਾਲ ਕੰਮ ਕਰਨਾ, ਇਹ ਸਾਡੇ ਮੇਰੇ ਖਿਆਲ ਸਾਈਕੇ ਦੇ ਵਿੱਚ ਹੈ, ਇੰਡੀਅਨ ਸਾਈਕੇ ਦੇ ਵਿੱਚ ਆ। ਜਿੱਦਾਂ ਮੈਂ ਯੁਗਾਂਡਾ ਸੀ, ਯੁਗਾਂਡਾ ਦੇ ਜਿਹੜੇ ਕਿੰਗਸ ਆ, ਜਿਹੜੇ ਬਹੁਤ ਵੱਡੇ ਵੱਡੇ ਇੰਡਸਟਰੀਲਿਸਟ ਆ ਜੀ, ਮਾਧਵਾਨੀ ਗਰੁੱਪ ਜਾਂ ਮਹਿਤਾ ਗਰੁੱਪ ਜੀ, ਉਹ ਉੱਥੇ ਦੇ ਮਾਲਕ ਆ, ਉੱਥੇ ਦੀ ਸਾਰੀ ਇੰਡਸਟਰੀ ਉਹਨਾਂ ਦੇ ਕੋਲ ਹੈ। ਮਤਲਬ ਸਾਡੇ ਇੰਡੀਅਨ ਜੋ ਹੈ ਉੱਥੇ ਦੇ ਮਾਲਕ ਹੈ, ਆਪਣੇ ਮੁਲਕ ਦੇ ਤਾਂ ਹੈ ਹੀ ਹੈ ਸੀ, ਨਾਲ ਉੱਥੇ ਦੇ ਇੰਡਸਟਰੀ ਉਹਨਾਂ ਦੀ ਇੰਨੀ ਆ, ਇੰਨਾ ਉਹਨਾਂ ਸਾਰੀ ਇਕੋਨਮੀ 'ਤੇ ਉਹਨਾਂ ਦਾ ਕੰਟਰੋਲ ਆ। ਇਸੇ ਕਰਕੇ ਉਹ ਈਦੀ ਅਮੀਨ ਨੇ ਇਸ ਗੱਲ ਤੋਂ ਤੰਗ ਹੋ ਗਏ, ਦੁਖੀ ਹੋ ਗਏ, ਅਫਰੀਕਨ ਜਿਹੜੇ ਬੰਦੇ ਤਾਂ ਉਹਨਾਂ ਨੂੰ ਕੁਛ ਵੀ ਨਹੀਂ ਕਰਦੇ, ਜਿਹੜੇ ਬਾਹਰਲੇ ਬੰਦੇ ਆ ਕੇ ਇੱਥੇ ਸਾਡੇ ਰਾਜ ਕਰਦੇ ਆ। ਪਰ ਰਾਜ ਤਾਂ ਆਪਣੀ ਹਿੰਮਤ ਨਾਲ ਕਰਨਾ ਨਾ, ਆਪਣੀ ਮਿਹਨਤ ਨਾਲ, ਹਿੰਮਤ ਨਾਲ, ਆਪਣੀ ਇੰਟੈਲੀਜੈਂਸ ਦੇ ਨਾਲ, ਕੁਛ ਨਹੀਂ ਹੋਣਾ। ਤੇ ਇਸ ਕਰਕੇ ਉਹਨਾਂ ਨੇ, ਉਹਨਾਂ ਦਾ ਜਿਹੜਾ ਯੋਗਦਾਨ ਹੈ ਇੰਡੀਅਨ ਡਾਇਸਪੋਰਾ ਦਾ,
जिस मुल्क रहिंदे आ जिथे काम करदे आ उत्थे तो योगदान दे ही रहे आ पर दूसरा योगदान उन साडी अपन डिवेलपमेंट बैक एट होम उहदे विच भी पा रहे आ इहनूं एप्रीशिएट करना चाहिए। मेरे ख्याल इंडियन गवर्नमेंट ने इंडिया की सरकार ने उस चीज़ को ड्यूली रिकोगनाइज भी किया। इस करके प्रवासी भारतीय दिवस मनाया जाता बाहरले बंदियां नूं ऑनर किया जाता बाहर जिहड़े साडे हिंदुस्तानी चंगे चंगे काम कर रहे हैं चंगे चंगे पोजिशन च आ गए आ चाहे पोलीटिशन हो चाहे बिजनेसमैन हो उन्हां नूं ऑनर कर दी भारत सरकार। प्रवासी भारतीय दिवस हर साल मनाया जाता है जनवरी के महीने के विच। उस तो बाद उन्होंने मिनिस्ट्री गवर्नमेंट ऑफ इंडिया ने मिनिस्ट्री बनाती है पूरी ओवरसीज इंडियंस की बहुत अच्छा हाँ उन्हों पूरा असी रिकोगनाइज कर रहे हैं द रोल ऑफ इंडियन डायस्पोरा इन द डिवेलपमेंट ऑफ इंडिया एज वेल एज कंट्रीब्यूशन टू द वर्ल्ड हारमोनी एंड पीस। एक पूरे वर्ल्ड में अपने साढ़े प्रवासी भारतीय इतों चल के पहुंचे मेहनत की रात दिन की लगन के बिल्कुल एक नाम पैदा किया बिल्कुल और इस तरह ही थोड़िया गलों तो लगता है कि उहदे विच उत्थे दे जिहड़े नागरिक सी जिहड़े उत्थे दे बसिंदे सी उह बसिंदियां ने भी इंडियन लोकां नूं भारतीय लोकां नूं रैकोगनाइज कीता इहनां दी मेहनत नूं रैकोगनाइज कीता और हो इहनां करके ही उहनां नूं भी रोटी वधिया मिलण लगी उहनां दे भी हालात वधिया होए ते अपना रमेश जी इहदे विच जिहड़े साडे प्रवासी भारतीय उत्थे जिदा तुसीं बहुत वड्डे मेहता गुप दा दूजियां दा नां लिया आ ਹੋਰ ਵੀ ਤੁਹਾਡੇ ਕੋਲ ਇੰਡਸਟਰੀ ਹੈ ਉੱਥੇ ਕਿਹੋ ਜਿਹੀ ਇੰਡਸਟਰੀ ਹੈ ਅਤੇ ਕੀ ਉਹਨਾਂ ਨੂੰ ਇਹੋ ਜਿਹੀਆਂ ਉੱਥੇ ਦੀਆਂ ਗੌਰਮੈਂਟਾਂ ਨੇ ਉਹਨਾਂ ਨੂੰ ਸਹੂਲਤ ਦਿੱਤੀਆਂ ਜਿੱਥੇ ਉਹਨਾਂ ਦੇ ਵਧੀਆ ਬਿਜ਼ਨਸ ਹੋਏ ਆ ਇਹਦੇ ਪ੍ਰਤੀ ਸਾਡੇ ਦਰਸ਼ਕਾਂ ਨੂੰ ਜਿੱਦਾਂ ਮੈਂ ਇੱਕ ਪਰਟੀਕੁਲਰ ਇਗਜ਼ੈਂਪਲ ਦਿੱਤੀ ਯੁਗਾਂਡਾ ਦੀ ਕਿ 70 ਅਰਲੀ 70s ਦੇ ਵਿੱਚ ਈਦੀ ਅਮੀਨ ਨੇ ਇਹਨਾਂ ਨੂੰ ਬਾਹਰ ਕੱਢਤਾ। ਅਫਰੀਕਨਸ ਨੇ ਕਿਹਾ ਵੀ ਅਸੀਂ ਆਪ ਚਲਾਉਣਾ ਆ ਇਹ ਇੰਡੀਅਨ ਸਾਨੂੰ ਅਗਰ ਰੂਲ ਕਰ ਰਹੇ ਉਹ ਚਲੇ ਗਏ ਲੋਕ ਕੈਨੇਡਾ ਚਲੇ ਗਏ ਉਹ ਇੰਗਲੈਂਡ ਚਲੇ ਗਏ ਬਹੁਤ ਬਹੁਤ ਲੋਕ ਚਲੇ ਦੂਰ ਦੂਰ ਚਲੇ ਗਏ ਦੁਬਈ ਉੱਥੇ ਜਾ ਕੇ ਆਪਣੇ ਆਪ ਨੂੰ ਫਿਰ ਅਸਟੈਬਲਿਸ਼ ਕਰ ਲਿਆ ਉੱਥੇ ਦੀ ਕੰਟਰੀ ਹੁਣ ਉਸ ਤੋਂ ਬਾਅਦ ਜਿਸ ਵੇਲੇ ਈਦੀ ਅਮੀਨ ਖਤਮ ਹੋਇਆ ਦੂਸਰਾ ਲੋਕ ਆ ਗਏ ਮਿਲਟਨ ਬੋਟੇ ਆ ਗਿਆ ਬੋਟੇ ਤੋਂ ਬਾਅਦ ਮੁਸੇਵੇਨੀ ਆ ਗਿਆ ਕਿ ਮੈਂ ਇਹ ਜ਼ਿਆਦਾ ਖਾਸ ਕਰਨਾ ਮੈਂ ਇਸ ਕਰਕੇ ਜਾਣਦਾ ਕਿਉਂਕਿ ਮੈਂ ਆਈ ਵਾਜ਼ ਡਾਇਰੈਕਟਲੀ ਇਨਵੋਲਵਡ ਇਨ ਦੈਟ ਪ੍ਰੋਸੈਸ। ਉਹਨਾਂ ਨੇ ਉਹਨਾਂ ਲੋਕਾਂ ਨੂੰ ਵਾਪਸ ਬੁਲਾਇਆ ਉਹਨਾਂ ਨੇ ਜ਼ਮੀਨਾਂ ਉਹਨਾਂ ਦੀ ਜਾਇਦਾਦ ਉਹਨਾਂ ਦੀ ਪ੍ਰੋਪਰਟੀ ਐਸੈਟਸ ਵਾਪਸ ਕੀਤੇ ਉਹ ਫਿਰ ਦੁਬਾਰਾ ਤਾਂ ਕਿ ਉਹਨਾਂ ਨੇ ਮਹਿਸੂਸ ਕਰ ਲਿਆ ਕਿ ਅਸੀਂ ਇਹ ਕੰਮ ਨਹੀਂ ਚਲਾ ਸਕਦੇ ਇਹੀ ਚਲਾ ਸਕਦੇ ਅਗੇਨ ਦੇ ਆਰ ਬੈਕ ਔਨ ਰੇਲਸ। ਇਹ ਇੱਕ ਇਹ ਸਾਡੇ ਭਾਰਤ ਦੇਸ਼ ਨੂੰ ਖਾਸ ਕਰਕੇ ਸਾਡੇ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਇਹ ਚੀਜ਼ ਦਾ ਮਾਣ ਹੈ। ਛੋਟੇ ਮੁਲਕ ਲਾਇਕ ਰਵਾਂਡਾ ਬਰੁੰਡੀ ਉੱਥੇ ਵੀ ਇੰਡੀਅਨ ਡਾਇਸਪੋਰਾ ਹੀ ਕੰਮ ਕਰ ਰਿਹਾ ਸਾਰੀ ਬਿਜ਼ਨਸ ਕਮਿਊਨਿਟੀ ਜਿਹੜੀ ਇੰਡੀਅਨ ਆ ਬਹੁਤ ਖੁਸ਼ੀ ਦੀ ਗੱਲ ਹੈ ਬਰੁੰਡੀ ਔਰ ਰਵਾਂਡਾ ਦੇ ਵਿੱਚ ਵੀ ਜਿਵੇਂ ਰਮੇਸ਼ ਜੀ ਤੁਸੀਂ ਬਹੁਤ ਵਧੀਆ ਗੱਲ ਦੱਸੀ ਉੱਥੇ ਇੰਨੀ ਇਕਨੋਮਿਕ ਉਹਨਾਂ ਦੀ ਜਿਹੜੀ ਹੈ ਹਾਲਾਤ ਨੂੰ ਉਹਨਾਂ ਨੇ ਸੁਧਾਰਿਆ ਵਧੀਆ ਉੱਥੇ ਐਵੀਨਿਊਸ ਦਿੱਤੇ ਲੋਕਾਂ ਨੂੰ ਔਰ ਉਹਨਾਂ ਇਹ ਜਿੰਨੇ ਵੀ ਉਹਨਾਂ ਦੀ ਮਿਹਨਤ ਉੱਥੇ ਰੰਗ ਲਿਆਈ ਹੈ ਇਹਦਾ ਸਾਡੇ ਭਾਰਤ ਦੇਸ਼ ਜਾਂ ਪੰਜਾਬ ਦੇਸ਼ 'ਤੇ ਕੀ ਇਹਦਾ ਪ੍ਰਭਾਵ ਪਿਆ? ਬਹੁਤ ਅੱਛਾ ਪ੍ਰਭਾਵ ਪਿਆ ਕਿਉਂਕਿ ਉਹਨਾਂ ਨੇ ਦੇਖੋ ਜਿਹੜਾ ਇੰਡੀਅਨ ਬੰਦਾ ਜਾਂਦਾ ਤੁਸੀਂ ਆਪ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਕਹਿ ਸਕਦਾ ਕਿ ਜਿਹੜੀ ਇੰਗਲੈਂਡ ਦੇ ਵਿੱਚ 3-2 ਜਨਰੇਸ਼ਨ ਤੋਂ ਵੀ ਗਏ ਆ ਬੈਕ ਹੋਮ ਦੇ ਆਰ ਇੰਡੀਅਨਸ ਚਾਹੇ ਉਹਨਾਂ ਨੇ ਪਾਸਪੋਰਟ ਉੱਥੇ ਦੇ ਬ੍ਰਿਟਿਸ਼ ਲੈ ਲਏ ਚਾਹੇ ਕੋਈ ਅਮੈਰੀਕਨ ਪਾਸਪੋਰਟ ਲੈ ਲਿਆ ਉਹ ਆਪਣੇ ਕੰਮ ਲਈ ਲੈ ਲਏ ਆ ਆਪਣੀ ਸਹੂਲੀਅਤ ਲਈ ਲੈ ਲਏ ਆ ਪਰ ਫਰੋਮ ਵਿਦ ਇਨ ਦੇ ਆਰ ਸਟਿਲ ਇੰਡੀਅਨਸ ਉਹ ਇੱਥੇ ਬੱਚੇ ਆ ਕੇ ਆਪਣੇ ਵਿਆਹੁੰਦੇ ਆ ਆਪਣੇ ਹੋਰ ਸਾਰੇ ਸੋਸ਼ਲ ਕੰਮ ਸਮਾਜਿਕ ਕੰਮ ਇੱਥੇ ਆ ਕੇ ਕਰਦੇ ਆ ਆਪਣੇ ਘਰ ਦੇ ਵਿੱਚ ਜ਼ਮੀਨ ਲੈਂਦੇ ਆ ਕੋਠੀਆਂ ਬਣਾਉਂਦੇ ਆ ਇੰਡਸਟਰੀ ਲਾਉਂਦੇ ਆ ਦੇ ਆਰ ਟੋਟਲੀ ਇਨਵੋਲਵਡ ਵਿਦ ਦਾ ਇੰਡੀਅਨ ਸਿਸਟਮ ਚਾਹੇ ਉਹ 40 ਸਾਲ ਤੋਂ ਜਾਂ 50 ਸਾਲ ਤੋਂ ਬਾਹਰ ਹਿੰਦੁਸਤਾਨ ਤੋਂ ਰਹਿ ਰਹੇ ਆ ਉਹਨਾਂ ਦਾ ਕੰਟਰੀਬਿਊਸ਼ਨ ਪੂਰਾ ਹੈਗਾ ਉਹ ਆਪਣੀ ਪੈਸਾ ਕਮਾ ਕੇ। ਮੈਂ ਤੁਹਾਨੂੰ ਇੱਕ ਇੰਟਰਸਟਿੰਗ ਐਨੈਕਡੋਟ ਸੁਣਾਉਂਦਾ। ਸਵੀਡਨ ਸੀ ਜਿਸ ਵੇਲੇ ਮੈਂ ਹਾਂਜੀ ਜਿਹੜਾ ਉੱਥੇ ਦਾ ਕਮਿਸ਼ਨਰ ਆਫ ਪੁਲਿਸ ਜੀ ਉੱਥੇ ਦਾ ਸਟਾਕਹੋਮ ਕਿਸੇ ਡਿਨਰ ਪਾਰਟੀ ਦੇ ਸੀਗੇ ਤਾਂ ਉੱਥੇ ਪਾਕਿਸਤਾਨੀ ਕਮਿਊਨਿਟੀ ਵੀ ਹੈ ਰਾਈਟ ਤਾਂ ਹੁਣ ਕਹਿੰਦੇ ਵੀ ਤੁਸੀਂ ਦੱਸੋ ਵੀ ਇੰਡੀਅਨ ਸੀ ਵਿੱਚ ਕੀ ਖਾਸੀਅਤ ਅਸੀਂ ਰੋਜ਼ ਫੜਦੇ ਹਾਂ ਕੋਈ ਹੱਲਾ ਗੁੱਲਾ ਹੁੰਦਾ ਜੇ ਕਿਸੇ ਕਲੱਬ 'ਚ ਜਾਂ ਕਿਸੇ ਬਾਰ 'ਚ ਜਾਂ ਕਿਸੇ ਬਾਹਰ ਅਤੇ ਉਹ ਪਾਕਿਸਤਾਨੀ ਕਮਿਊਨਿਟੀ ਜਾਂ ਹੋਰ ਜਿਹੜੇ ਬਾਹਰਲੇ ਅਫਰੀਕਨ ਆਏ ਆ ਕੁਛ ਜਾਂ ਹੋਰ ਕੁਛ ਆਏ ਆ ਇਰਾਕ ਇਰਾਨ ਤੋਂ ਲੋਕ ਆਏ ਉਹ ਖਰਾਬੀ ਕਰਦੇ ਆ। ਇੰਡੀਅਨ ਆਮ ਤੌਰ 'ਤੇ ਹਾਲਾਂਕਿ 10,000 ਇੰਡੀਅਨ ਸੀ ਉੱਥੇ ਉਸ ਵੇਲੇ ਬਹੁਤ ਅੱਛਾ ਅੱਜ ਤੋਂ 20 ਸਾਲ ਪਹਿਲਾਂ 10,000 ਇੰਡੀਅਨ ਉੱਥੇ ਸਵੀਡਨ ਸੀਗਾ ਅਤੇ ਕੀ ਇਹ ਕਾਰਨ ਆ? ਮੈਂ ਦੱਸਿਆ ਫਿਰ ਉਹਨੂੰ ਕਮਿਸ਼ਨਰ ਆਫ ਪੁਲਿਸ ਨੂੰ
मैं क्या जी इंडियन साइके आ कि सवेर नूं उठना डट के काम करना रात नूं खाना तो एक अद्धा पैग पी के सो जाना तो सौ के फिर दोबारा सवेर नूं काम करना तो जो पैसे बनाने तो घर वापस भेजने हिंदुस्तान दैट इज अवर साइके माइग्रेशन है इकनोमिक माइग्रेशन है इस करके वो टोटली वो इस सिस्टम तुहाडे च इनवॉल्व ही नहीं गए काम करना काम करके रात चंगा खाना तो सौ जाना दूए दिन फिर काम करना वो बड़ा हैरान होया गल सुन के कहना ये गल सही होनी है ताइयों कभी किसी क्लब कोई ऑपरेशन तो होंगे ही पर आम तौर पर कोई इंडियन जाके कोई शोर शराबा करता ज उत्थे नारे लाउंदा ज कोई गड़बड़ करता आम तौर पर इंडियन नहीं कर देता ये काम ते वही गल है बड़ा इंप्रेस होया डट के वाह ते रज के खा पंजाबी कहावत है भी इत्थे सुनिया अज दे दिन दे विच भी ते साडे जिहड़े प्रवासी भारतीय है चौबीस घंटे जो बाई बाई घंटे अज भी कम करते हैं बिलकुल सही और उन्होंने मेहनत सदका बिलकुल अजे साडे असी खास करके असी जिहड़ी पंजाब साडा सूबा है पंजाब सूबे दियां पहलां देखो पिंडां दियां हालात किन्नियां माड़ियां सी इंडस्ट्री नहीं सी इक्को खेतीबाड़ी सी जिते लोग कम करदे सी ये रात दिन इत्थों गए आ बाहरले मुल्कां विच गए इन्होंने रात दिन जाके मेहनत कीती है पैसा भेजा उस पैसे दे नाल इस देश दे विच साडे खास करके पंजाब दियां पिंडां दियां जिहड़ियां शकलां बदल गईयां खूबसूरत हो गए लोकां दे विच खुशहाली आई है और साडा जिहड़ा खेतीबाड़ी जिहड़ा सैक्टर है इहदे विच भी बहुत ज्यादा बदलाव आया है हुण इक होर चंगी गल जिहड़ी हो रही है इह तां उन्हां ने अपने आप नूं सुधारिया पर मेरे ख्याल हुण इन्ने ऑर्गेनाइज हो गए आ इत्थे अच्छे अच्छे इंस्टीट्यूशन एजुकेशनल इंस्टीट्यूशन भी खुल रहे आ ਪਿੰਡਾਂ ਦੇ ਵਿੱਚ ਮਾਡਰਨ ਫੈਸਿਲਿਟੀਜ਼ ਲੱਗ ਰਹੀਆਂ ਰੋਡ ਬਣ ਰਹੇ ਆ ਬਾਇਓਗੈਸ ਲੱਗ ਰਿਹਾ ਆ ਲਾਈਟਿੰਗ ਲੱਗ ਰਹੀ ਆ ਸੈਨੀਟੇਸ਼ਨ ਆ ਰਿਹਾ ਆ ਕਈਆਂ ਨੇ ਪਿੰਡ ਪਿੰਡਾਂ ਦੇ ਪਿੰਡ ਹੀ ਉਹਨਾਂ ਨੇ ਆਪਣੇ ਆਪ ਜ਼ਿੰਮੇਵਾਰੀ ਲੈ ਲਈ ਕਿ ਅਸੀਂ ਇਹਨੂੰ ਡਿਵੈਲਪ ਕਰਾਂਗੇ ਕਿ ਕਮਿਊਨਿਟੀ ਦੇ ਨਾਲ ਗਵਰਨਮੈਂਟ ਦੇ ਨਾਲ ਮਿਲ ਕੇ ਇੱਕ ਪਾਰਟਨਰਸ਼ਿਪ ਦੇ ਨਾਲ ਕੰਮ ਕਰਨ ਲਈ ਕਈ ਕਈ ਬਾਹਰਲੇ ਇੱਥੇ ਤੱਕ ਪਹੁੰਚ ਗਏ ਆ ਜਿਹੜੇ ਬਹੁਤ ਜ਼ਿਆਦਾ ਚੰਗੇ ਹੋ ਗਏ ਆ ਇਟਸ ਅ ਮੈਟਰ ਆਫ ਗ੍ਰੇਟ ਸੈਟਿਸਫੈਕਸ਼ਨ ये आम तौर से देखा है कि बहुत पंजाब विच ये शहर जड़ी शहर के बाहरले पासे वधिया लोकेशन ते जिथे आम गड्डियां जा सकन उत्थे बहुत वधिया वधिया माहौल बने हैं बिलकुल और बहुत वधिया मैरिज पैलेस बने हैं वधिया तुहाडे कोल मैरीगोज जिहड़े तुहाडे कोल बच्चियां दे उत्थे पार्क बने हैं और ए सब तो वाला जरा योगदान है एनआरईज का आया और जिथे बच्चों भी लोगों च भी एक खुशहाली आई है तो ये बहुत ही अच्छा एक उन्होंने साढ़े को हूँ जिमें असी गल करिए चाइना की चाइना भी अपना साइड बाय साइड इंडिया के कभी वह अगे कभी इंडिया अगे साडा भारत देश अगे दोनों का एक मुकाबला चलता कभी किसी खेत्र च वह अगे हो जाता कभी इधर आ जाता जिहड़े तुसी चाइना च भी रहे हैं बहुत वधिया गल कीती है चाइना दे लोग भी अज वर्ल्ड दे विच बहुत मेहनती गिने जांदे है तुसी इहदे विच तुसी की दसोगे वी साडे भारत दे और खास करके पंजाब दे लोकां दे विच ते चाइना दे विच इहो जिही किहड़ी एक समता है दोनों दे विच विचारधारा जां उहनां दी मेहनत है ये इहदे प्रति साडे दर्शकां नूं दसां बिलकुल सही गल है असी एशिया दे दो वड्डे मुल्क हां और पड़ोसी भी हैं तो जिस वेल असी 47 आजाद होए हैं तो उत्थे रेवोल्यूशन 49-50 दे विच जिस वेल मौर दा रेवोल्यूशन होया तो सानू समझ लो दो साल बाद कह लो मॉडर्न तरीके नाल आजाद होए है उत्थे सिस्टम अलग सी कंट्रोल्ड सिस्टम सी जिहड़ा कि सेंट्रली डायरेक्टेड सिस्टम सी असी डेमोक्रेटिक कंट्री सी दोनों वड्डे मुल्क है दोनों की वड्डी आबादी आ बड़ा एरिया आ ਪ੍ਰੋਬਲਮਸ ਵੀ ਸਾਡੀਆਂ ਲਗਭਗ ਬਰਾਬਰ ਸੀਗੀਆਂ ਗਰੀਬੀ ਦੀਆਂ ਪ੍ਰੋਬਲਮਸ ਅੰਡਰ ਡਿਵੈਲਪਮੈਂਟ ਦੀਆਂ ਪ੍ਰੋਬਲਮਸ ਪਰ ਹੁਣ ਇਸ ਵੇਲੇ ਪੋਜੀਸ਼ਨ ਇਹ ਆ ਕਿ ਚਾਈਨਾ ਸਾਨੂੰ ਐਡਮਿਟ ਕਰਨਾ ਚਾਹੀਦਾ ਕਿ ਚਾਈਨਾ ਇਸ ਮੱਚ ਅਹੈਡ ਆਫ ਅਸ ਸੱਚਾਈ ਨੂੰ ਨਹੀਂ ਲੁਕਾਉਣਾ ਚਾਹੀਦਾ ਉਹ ਉਹਨਾਂ ਨੇ ਬਾਅਦ ਸ਼ੁਰੂ ਕੀਤਾ ਪਰ ਜਿਹੜੀ ਓਪਨਿੰਗ ਆਫ ਇਕੋਨਮੀ ਜਾਂ ਇੰਟੈਗਰੇਸ਼ਨ ਆਫ ਦ ਇਕੋਨਮੀ ਵਰਲਡ ਦੇ ਨਾਲ ਉਹ ਚਾਈਨਾ ਸੱਤ ਥੋੜ੍ਹੇ ਅੱਗੇ ਰਿਹਾ ਕਿਉਂਕਿ ਮੈਂ ਇਹ ਦੋਨੇ ਸਿਸਟਮ ਦੇਖੇ ਕਿ ਮੈਂ 77 ਤੋਂ ਲੈ ਕੇ 80 ਤੱਕ ਉੱਥੇ ਸੀਗਾ ਅਤੇ ਜਿਸ ਵੇਲਾ 77 'ਚ ਚਾਈਨਾ ਇੱਦਾਂ ਸੀਗਾ ਅਤੇ ਫਿਰ ਹੌਲੀ ਹੌਲੀ ਖੁੱਲ੍ਹਣਾ ਸ਼ੁਰੂ ਹੋ ਗਿਆ 79 ਦੇ ਵਿੱਚ ਦੇਂਗ ਸ਼ਿਓਪਿੰਗ ਦੀ ਅਗਵਾਈ ਦੇ ਅੰਡਰ ਤਾਂ ਉਹ
उस साल ज्यादा असं जाके शुरू किया अपने इकोनॉमिक रीस्ट्रक्चरिंग 91 लगभग 10-12 साल पिछे वैसे ही रही हैं जी। तो उन्होंने काफी तरक्की की है, उन्होंने मेहनत आ, पर उत्थे दी चाइना दी डिवेलपमेंट भी, चाइना जी फॉरन इन्वेस्टमेंट भी ओवरसीज चाइनीज का बहुत बड़ा हाथ है। बहुत अच्छा, चाइना दी डिवेलपमेंट भी ओवरसीज चाइनीज का बहुत बड़ा हाथ है। उन्होंने वो सानू अगे आ कई जगह पर, पर असी जिदा साड़ी फॉरन पॉलिसी असं कहने कि साढ़े दोनों वास्ते स्पेस हैगा आ, सानू रिवेलरी की कोई लोड़ नहीं, हेल्दी कंपीटिशन की लोड़ है, कंपीटिशन की लोड़ है। हाँ, हालांकि साढ़े ना उन्हें चाइना दी प्रॉब्लम्स भी आ, पर असं उन्होंने चाइना की प्रॉब्लम्स असं दरकनार रख के थोड़ा पिछे बैक सीट रख के असी जी गांह बदन की जे तो सानू दोनों मुल्कों फायदा हो सकता हो इकनॉमिक डिप्लोमेसी ना इकनॉमिक इंटरैक्शन ना इनगेजमेंट ना वो असी करने की कोशिश कर रहे हैं। तो साढ़े दोनों वास्ते ही ठीक है, पर चाइना बिच भी चाइनीज डायस्पोरा का बहुत बड़ा हाथ है। ये भी तुम ये कह सकते हैं कि एशियन साइकोलॉजी काम कर रही है एशिया इंडिया च भी तो चाइना च भी, चाइना च भी। जे असी रिलीजियस या थोड़े स्पिरिचुअल गल करिए तो मेरा ख्याल जिदा हिंदुस्तान बुद्धिस्ट है, हिंदुस्तान की जी साइकोलॉजी जी जी नींह पत्थर आ सोच का आखिर प्रवेल करना है बुद्धिस्ट फिलोसफी ने, ठीक है। पर चाइना बिच भी बुद्धिस्ट फिलोसफी है, चाहे वह कम्युनिस्ट रह गए पर वो खत्म नहीं कर सके। जदों उत्थे सी मैं किसी अपने ड्राइवर नाल गल करदा सी भी तुसीं कदी कदी नहीं सोचा भी रिलीजन की आ, कहिंदे नहीं भैया बुद्धिस्ट बट हीयर बाई ब्रेन सोच दे बुद्धिस्ट सोच है ते ये गल जरूरी है। हाँ, ये मतलब एशियन थिंकिंग आ साडी दोनों मुल्कां दी, ये अपना तुसीं इन्हां मुल्कां दे विच दूसरे मुल्कां विच चले जो ना वो भारत सन ना चाइना से पर वो तीसरे मुल्क मेहनत करन गए जी जी। तो उन्होंने आपस में एक दूजे तो बहुत कुछ सीखने को मिलता होगा, बिल्कुल। मतलब कुछ खासियत साढ़े भारतीयों में होगी, कुछ खासियत चाइना के लोगों के भी होगी, कुछ असी उन्होंने तो सीखा कुछ उन्होंने साढ़े तो सीखा होगा। और उत्थे भारतीयों का ते चाइनीज लोगों का आपस में तालमेल किहो जिहा सी? बहुत ठीक। बाहर मैं दस खासकर इंडियन आदमी कोई बाहर जाके प्रॉब्लम क्रिएट करदा नहीं, भरावां दी तरह रहना चाहुंदा सारिआं नाल, ठीक। कोई उत्थे दी ना तो पोलीटिकल किसी मतलब जिहड़ी प्रॉब्लमैटिक प्रॉब्लम दे विच नहीं जाना चाहुंदा। हुण असीं ज़्यादा इस्टैबलिश हो गए आ, हिंदुस्तानी ज़्यादा इस्टैबलिश हो गए आ, तो उत्थे दी लोकल पोलीटिक्स दे विच, बट स्टेट पोलीटिक्स कोई झगड़े वाली पोलीटिक्स नहीं कि जिदा कोई फंडामेंटलिज्म जां होर कोई टेररिज्म जां होर जिहड़ा कि जिहड़ी कि फ्रिक्शन पैदा करन वाले इदां दी एक्टिविटीज दे विच इंडियन दा कोई हाथ नहीं है। इंडियंस लोग बाहरले लोकां दे नाल मिलजुल के रहिंदे आ, कोई प्रॉब्लम नहीं। ए रमेश जी तुसीं रशिया की गल की, रशिया च भी रहे हैं और बहुत ठंडा मुल्क है जी, ते उत्थे भी अज एक समय दे विच दो ही गुट सी जी वर्ल्ड दे जी, एक अमेरिका ते एक रशिया जी। रशिया दे खैर बाद च कई हिस्सों लगभग 15 हिस्सों दे विच ओ बंड गया, ओ देश एक दी बजाय 15 बन गए जी। उत्थे भी लोग जिहड़े आ साडे कुछ इंडियन लोग रहिंदे आ जी, बिल्कुल। उत्थे भी मेहनती है जी। तुसीं उस रशिया दे जिहड़े मुल्क है उन्हां दे प्रति साडे की दर्शकां नूं दसोगे? असलां च रशिया दे नाल साडे तल्लुकात बहुत ही गहरे आ हिस्टोरिकली, बहुत हिस्टोरिकली भी कहिंदे जिहड़ी कई सी ਉਹ ਜਾਰਜੀਆ ਦੀ ਸੀ, ਜਾਰਜੀਆ ਜਿਹੜੀ ਦਸਤ ਦੀ ਜਨਮ ਦੀ ਮਦਰ ਸੀ ਜਾਂ ਸੀ ਉਹ ਜਾਰਜੀਆ ਦੀ ਸੀ, ਜਾਰਜੀਆ ਦੀ। ਹਾਂ ਹਾਂ, ਅਤੇ ਕੌਸ਼ਲਿਆ ਕਈ ਅੱਛਾ, ਇਸ ਪਹਿਲਾਂ ਤੋਂ ਹਿਸਟੋਰੀਕਲ ਰਿਲੇਸ਼ਨ ਸਾਡਾ ਉਹਨਾਂ ਮੁਲਕਾਂ ਨਾਲ ਰਿਹਾ। ਫਿਰ ਜਿਹੜਾ ਰਸ਼ੀਆ ਸੀ ਉਸ ਵੇਲਾ ਉਹ ਸੈਂਟਰਲ ਏਸ਼ੀਆ ਸਾਰਾ ਰਸ਼ੀਆ ਸੀਗਾ, ਅਗਰ ਹੁਣ ਕਸ਼ਮੀਰ ਜਿਹੜਾ ਅਕੂਪਾਈਡ ਕਸ਼ਮੀਰ ਹੈ ਪਾਕਿਸਤਾਨ ਦਾ ਉਹ ਸਾਡਾ ਆ, ਅਸੀਂ ਉਹਨੂੰ ਆਪਣਾ ਮੰਨ ਕੇ ਚੱਲੀਏ ਤਾਂ ਜਿਹੜਾ ਤਜਾਕਿਸਤਾਨ ਇੰਡੀਆਸਤਾਨ ਇੰਡੀਆ ਦੇ ਬਾਰਡਰ ਨਾਲੋਂ 13 ਕਿਲੋਮੀਟਰ ਆ। ਬਹੁਤ ਅੱਛਾ, ਮਤਲਬ ਇੰਡੀਆ 'ਚ ਹੀ ਆ, ਅਸੀਂ ਇਸ ਕਰਕੇ ਉਹਨੂੰ ਅਸੀਂ ਕਹਿੰਦੇ ਹਾਂ ਨੀਅਰ ਅਬਰੋਡ ਕਹਿੰਦੇ ਇਸੇ ਕਰਕੇ। ਉਹ ਰਸ਼ੀਆ ਨਾਲ ਇਸ ਕਰਕੇ ਸਾਡੇ ਸੈਂਟਰਲ ਏਸ਼ੀਆ, ਅੱਛਾ ਬਾਬਰ ਸੈਂਟਰਲ ਏਸ਼ੀਆ ਤੋਂ ਆਇਆ ਸੀ,
सारे मुगल इन्फ्लुएंस जो इंडिया च आया हालांकि असिमिलेट हो गया इंडियन कल्चर के बिच सारा कुछ उतो आया सी। तो बाद में जो असं आजाद हो गए तो रियल पॉलिटिक्स ने जी इंटरनेशनल डिप्लोमेसी ने इंटरनेशनल रिलेशनस की जी कंट्रीज सके उन्होंने सानू होर रशिया के नज़दीक लिया था। चाइना ने चाइना लड़ाई हो गई, अमेरिका ने वो तो 1971 बंगलादेश का झगड़ा पिया तो अमेरिका ने होर रुक लिया, रशिया ने होर रुक लिया, अमेरिका ने रशिया ने साडे तल्लुकात होर बधे। बहुत अच्छा। हुण ऐस हुण रशिया टुट भी गया, इन्ने कंट्री बन गए, रशिया अलग हो गया, 15-16 कंट्री होर बन गए। इंडियन कल्चर, इंडियन माइथोलॉजी, रामायणा, सारे इंडियन चैनल तुसी रशियन लैंग्वेज विच देख सकदे रशिया दे विच। बहुत अच्छा। भारत रामायणा जिहड़ा महाभारत जिहड़ा टैली सीरियल बने सीगे ये सारे रशियन लैंग्वेज विच ट्रांसलेट हो चुके आ। बड़े उत्थे हर शहर दे विच गया, मैं हर शहर दे विच गया, बेलरूस में अंबैसडर हां, मिंस्क शहर दे विच घट्टो घट 200 यंग बेलरूसियन लेडीज इंडियन डांस सिख रही। बहुत अच्छा। अब किसान सिख रही हैं रशिया दे विच, आले दुआले सारे मुल्कां दे विच इंडियन कल्चर, इंडियन लैंग्वेज, इंडियन फिल्म। बहुत अच्छा। इंडियन फिल्म्स दा मैं एक बारी एक डेलीगेशन दा लीडर सगा तुर्कमेनिस्तान गया। अच्छा। अबाउट 2000 दे विच जां 1999 च जी मैं स्टडी करन गए कि असी क्योंकि वो लैंड लॉक्ड कंट्री है सारे। हाँ जी। वे उतो असी इंडिया तो समान किदां जावे तो असी बाया ईरान बंदरबास पोर्ट या ईरान दे कोल वे उतो ले आके बाय रेल ले जाया करांगे समान सारा एक्सपोर्ट दा। मैं वो स्टडी करन गया सी। अच्छा। बहुत अच्छा। एक डेलीगेशन दे नाल तो वो बॉर्डर दे उत्ते तुर्कमेनिस्तान और ईरान दे बॉर्डर दे असी गए रेलवे हेड देखन जिथे रेलवे है उथे दे उस पिंड दे जिहड़ा प्रधान सीगा उहने सानू लंच दित्ता जी इदां ट्रेडिशनल तरीके नाल बैठ के असीं थल्ले लंच कीता उहदे घर ते देखिया कॉर्नर दे विच हेमा मालिनी दी फोटो लगी। बहुत खूबसूरत। ते इक पासे लगी उहदी मिथन चक्रवर्ती। राइट। अच्छा मैं कहा भी हां भाई एक ना गीता सीता ये वो फिल्म दा नाम सी आह जिमी जिमी आह उहदा गाना है कोई चक्रवर्ती मिथन चक्रवर्ती दा। तो मैं कहा वेरी गुड। तो मैं उन्होंने कहा कि यस आई नो हिम ओनली ओह माय गुडनेस यू नो दे वर सो इवन इट वाज सारा कल्चर इंडियन फिल्मों ने इतना फैलाया होते कि इंडियन कल्चर इंडियन लैंग्वेज इंडियन रहन सहन इंडियन फूड दे लाइक वेल धरती से बैठ के भी जो खाना खाना ये भी तो इंडियन कल्चर ही है ना। हम तो अभी टेबल आ गए दस्तरखान साढ़े तरह खाते हैं साढ़े तरह बैठते हैं मतलब कि एक समझ लो साड़ी पुरानी सभ्यता तो उतो ही आए थे ये जो मुगल उतो ही ये कल्चर उतो ही आए मुगल आर्यंस उतो इस जड़ी है उतो चल के इतने आई है। तो तुसी इहदे नाल बहुत वधिया गल कीती है कि एक जड़ा इत्थे हो सानू एक मैसेज संदेश मिलता आ रहा कि इन्हां कंट्रीज दे विच उन्हां ने अपनियां कुछ एहो जिहियां कलोनियां कुछ इंडस्ट्रियल सेंटर बनाया जी जिहदे विच इंडियन नू ऑफर दित्ती है कि तुसी इत्थे आके आओ साडे कोल और तुसी अपनी इंडस्ट्री लाओ तुसी अपने परमानेंट इत्थे दे घर बनाओ। इहदे प्रति की तुहाडा मैसेज? हां इदां आ कि असी नैचुरली इंडियन गौ जिस वेल आजाद होए अलग हो गए रशिया को सेंट्रल एशियन कंट्रीज जो होर जुड़े डिवेलपिंग कंट्रीज के अंडर आ गए तो इंडिया वालों बहुत तरीके देखते थे इंडिया बड़ा कंट्री साड़ी मदद करेगा और असी मदद की। मैं खुद जो डायरैक्टर से सेंट्रल एशिया का साडा एक इंडियन फॉरन मिनिस्ट्री का गवर्नमेंट ऑफ इंडिया का एक प्रोग्राम है कॉल्ड इंडियन टेक्निकल इकनोमिक कोऑपरेशन आईटेक प्रोग्राम कहने असी उस प्रोग्राम के अंडर उन्होंने छोटे कंट्रियां जेडे कि डिवेलप नहीं है इन्नी कंट्री जिन्हें कोई इंडस्ट्री इन्नी डिवेलप नहीं गई उत्थे असी पायलट प्रोजेक्ट बना के साड़िया जिहड़ी कंपनियां समॉल स्केल इंडस्ट्री नैशनल समॉल स्केल इंडस्ट्री कारपोरेशन या एच हिंदुस्तान मशीन टूल्स इन्हां इदां दी कंपनियां नाल लैके असी उत्थे वो स्टैबलिश किए ताकि उत्थे दे लोकल बंदियां नू लोकल ट्रेड दे विच छोटे छोटे कम्मां दे विच मशीन टूलिंग दे विच वेल्डिंग दे विच कंप्यूटर्स दे विच उन्होंने ट्रेन किया जाए
इत्थे मैं तुर्कमेनिस्तान एक प्रोजेक्ट ये किया सी उस वेला किर्गिस्तान च किया सी एक ये प्रोजेक्ट हुण बेलरूस दे विच बेलरूस दे विच मैं मेरे जदों अंबैसडर सी एस्टैब्लिश किया कंप्यूटर सेंटर बहुत उहदा नाम मैं रखवाया राजीव गांधी कंप्यूटर सेंटर क्योंकि मैं कभी इंडिया इंडिया ने दिता है तो राजीव गांधी इंडिया के कंप्यूटर का लिया तो हूँ मैं असं हूँ भी दे रहे हैं उन्होंने साढ़े वाल देखते हैं क्योंकि इंडिया का टैक्निकली खासकर इनफॉर्मेशन टैक्नोलॉजी के समॉल स्केल इंडस्ट्री के इंडिया का ना आ तो जो छोटे छोटे मुल्क आ वो इंडिया वाल देखते हैं असं उ जाके उन्होंने भी सिखाने उन्होंने एस्टैबलिश करते हैं इंस्टीट्यूशन पर जेड़े इंडियन लोग जाके इंडस्ट्री ला रहे हैं जिदा फार्मास्यूटिकल्स की इंडस्ट्री सेंट्रल एशिया बहुत सारी इंडियन है फिर फार्मास्यूटिकल्स जो मैनुफैक्चर करते हैं जो असि रीपैकेजिंग होंगी तो छोटे छोटे इंडस्ट्री जो साढ़े बाहर जो एंटरप्रेन्योर आ ईवन इन चेकोस्लोवाकिया चेक रिपब्लिक आ हिंदूजा ग्रुप जो टाटा उन्होंने ट्रक्स आ उन्हां दी इंडस्ट्री नूं प्रमोट करने लई उत्थे दे स्मॉल स्केल इंडस्ट्री नूं प्रमोट करने लई उत्थे दे स्टूडेंट्स नूं बुला के असीं इंडिया च ट्रेन करदे आं शॉर्ट टर्म कोर्सेस दे अंडर इनक्लूडिंग डिप्लोमेसी बहुत अच्छा साडा फॉरन सर्विस इंस्टीट्यूट उहदे विच असीं बाहरले फॉरन कंट्री दे डिप्लोमैट्स नूं भी ट्रेन करदे आं जर्नलिस्ट्स नूं ट्रेन करदे आं टेक्निकल प्रोग्राम दे अंडर छोटे छोटे कोर्सेस दे अंडर कंप्यूटर्स दे भी ट्रेन करदे आं फिर उत्थे दे उत्थे ਉਹਨਾਂ ਕੰਟਰੀਆਂ ਦੇ ਵਿੱਚ ਅਸੀਂ ਆਪਣੇ ਐਕਸਪਰਟ ਭੇਜ ਕੇ ਉੱਥੇ ਦੇ ਪ੍ਰੋਜੈਕਟਸ ਨੂੰ ਡਿਵੈਲਪ ਕਰਦੇ ਹਾਂ ਡਿਵੈਲਪ ਕਰਦੇ ਇਹ ਇਹ ਸਾਡੀ ਗਵਰਨਮੈਂਟ ਆਫ ਇੰਡੀਆ ਦੀ ਡਿਵੈਲਪਮੈਂਟ ਅਸਿਸਟੈਂਸ ਦੇ ਅੰਡਰ ਇੰਡੀਅਨ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ ਪ੍ਰੋਗਰਾਮ ਦੇ ਅੰਡਰ 110 ਕੰਟਰੀਜ਼ ਨਾਲ ਪਾਰਟਨਰਸ਼ਿਪ ਆ ਬਹੁਤ ਅੱਛਾ ਇਹ ਰਮੇਸ਼ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਹੁਣ ਉਹ ਟੈਕਨੋਲੋਜੀ ਅਸੀਂ ਜਿਹੜੀ ਉਹਨਾਂ ਨੂੰ ਇੱਥੇ ਇੰਡੀਆ ਵਿੱਚ ਲਿਆ ਕੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹ ਟੈਕਨੋਲੋਜੀ ਜਿਹੜੀ ਉਸ ਦੇਸ਼ਾਂ ਦੇ ਵਿੱਚ ਭੇਜ ਰਹੇ ਤਾਂ ਕਿ ਉਹ ਵੀ ਡਿਵੈਲਪ ਹੋ ਹੁਣ ਅਸੀਂ ਇੱਥੇ ਇੱਕ ਥੋੜ੍ਹਾ ਜਿਹਾ ਸਵਾਲ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਵੀ ਬਹੁਤ ਜ਼ਿਆਦਾ ਗਰੀਬ ਲੋਕ ਹੈ ਜੀ ਬਿਲਕੁਲ ਉਹ ਜਿਹੜੇ ਅਸੀਂ ਗਰੀਬ ਕਹਿ ਲਓ ਜਾਂ ਅਤਿ ਗਰੀਬ ਕਹਿ ਲਓ ਨਾ ਉਹ ਪੜ੍ਹੇ ਹੈ ਜੀ ਨਾ ਉਹਨਾਂ ਕੋਲ ਮਕਾਨ ਹੈ ਜੀ ਨਾ ਉਹਨਾਂ ਨੂੰ ਰਹਿਣ ਦੀ ਜਗ੍ਹਾ ਹੈ ਬਿਲਕੁਲ ਹਾਲਾਂਕਿ ਸਾਡੇ ਦੇਸ਼ ਨੇ ਵੀ ਕਾਫੀ ਉਹਨਾਂ ਦੇ ਲਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਹਦੇ ਪ੍ਰਤੀ ਜਿਹੜੀ ਇਹ ਟੈਕਨੋਲੋਜੀ ਇਹਨਾਂ ਬੱਚਿਆਂ ਨੂੰ ਇਹ ਲੋਕ ਜਿਹੜੇ ਝੁੱਗੀ ਝੋਪੜੀ ਚ ਰਹਿੰਦੇ ਆ ਜਿਹਨਾਂ ਤੱਕ ਨਹੀਂ ਇਹ ਸਹੂਲਤ ਪਹੁੰਚੀ ਹੈ ਉਹਦੇ ਪ੍ਰਤੀ ਤੁਹਾਡਾ ਕੀ ਨਜ਼ਰੀਆ ਇਹ ਬਿਲਕੁਲ ਸਹੀ ਗੱਲ ਹੈ ਪਹਿਲੀ ਗੱਲ ਤਾਂ ਇਹ ਆ ਕਿ ਜੇਕਰ ਅਸੀਂ ਕਹੀਏ ਕਿ ਅਸੀਂ ਆਜ਼ਾਦੀ ਹੋ ਗਈ ਆ ਆਜ਼ਾਦੀ ਤੋਂ ਬਾਅਦ ਅਸੀਂ ਪਲੈਨ ਤਰੀਕੇ ਨਾਲ ਇਕੋਨਮੀ ਨੂੰ ਚਲਾਇਆ ਧੀਰੇ ਧੀਰੇ ਅਸੀਂ ਇਸ ਸਟੇਜ 'ਤੇ ਪਹੁੰਚੇ ਹਾਂ ਇੰਡੀਅਨ ਇਕੋਨਮੀ ਦੀ ਇੰਡੀਅਨ ਗਵਰਨੈਂਸ ਦੀ ਇੰਡੀਅਨ ਸਿਸਟਮ ਦੀ ਇੱਕ ਖੂਬੀ ਰਹੀ ਆ ਕਿ ਅਸੀਂ ਅਬਰਾਪਟਲੀ ਕੁਛ ਨਹੀਂ ਕੀਤਾ ਇੱਕ ਰੈਵੋਲਿਊਸ਼ਨ ਦੇ ਤਰੀਕੇ ਨਾਲ ਕੁਛ ਨਹੀਂ ਕੀਤਾ ਅਸੀਂ ਇੱਕ ਐਵੋਲਿਊਸ਼ਨ ਦੇ ਤਰੀਕੇ ਨਾਲ ਕੰਮ ਕੀਤਾ ਸਲੋਲੀ ਅਸੀਂ ਇੱਕਦਮ ਇੱਦਾਂ ਨਹੀਂ ਖੁੱਲ੍ਹ ਗਏ ਅਸੀਂ ਧੀਰੇ ਧੀਰੇ ਖੁੱਲ੍ਹੇ ਹਾਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਮੈਂ ਸੁਣਾਉਂਦਾ ਚਾਈਨੀਜ਼ ਅੰਬੈਸਡਰ ਨਾਲ ਗੱਲਬਾਤ ਮੇਰੀ ਹੋ ਰਹੀ ਸੀ ਉਹਨੇ ਕਿਹਾ ਵੀ ਕੀ ਗੱਲ ਆ ਤੁਸੀਂ ਵੀ ਕਮਿਊਨਿਸਟ ਸੀਗੇ ਰਸ਼ੀਆ ਵੀ ਕਮਿਊਨਿਸਟ ਸੀਗਾ ਤੁਸੀਂ ਤਰੱਕੀ ਕਰ ਰਹੇ ਆ ਰਸ਼ੀਆ ਬਾਈਫਰਕੇਟ ਹੋ ਕੇ 15 ਕੰਟਰੀ ਬਣ ਗਿਆ ਥੱਲੇ ਨੂੰ ਜਾ ਰਿਹਾ ਵਰਲਡ ਪਾਵਰ ਸੀ ਅਮੈਰੀਕਾ ਦਾ ਬਰਾਬਰ ਸੀਗਾ ਹੁਣ ਉਹ ਤੋਂ ਥੱਲੇ ਆ ਗਿਆ ਕੀ ਗੱਲ ਕੀਤੀ ਉਹ ਕਹਿੰਦਾ ਜੀ ਫਰਕ ਇੰਨਾ ਹੈ ਸਿਰਫ ਕਿ ਇੱਦਾਂ ਸੀ ਅਸੀਂ ਦੋਨੇ ਕੰਟਰੀ ਰਸ਼ੀਆ ਵੀ ਅਤੇ ਚਾਈਨਾ ਵੀ ਜੀ ਬੜੀ ਇੰਟਰਸਟਿੰਗ ਗੱਲ ਆ ਕਹਿੰਦਾ ਅਸੀਂ ਖੋਲ੍ਹਿਆ ਇੱਦਾਂ ਇੱਦਾਂ ਹੌਲੀ ਹੌਲੀ ਅਤੇ ਉਹ ਸਾਰਾ ਕੁਛ ਇੱਥੇ ਆ ਕਹਿੰਦਾ ਰਸ਼ੀਆ ਖੋਲ੍ਹਿਆ ਇੱਦਾਂ ਅਤੇ ਸਭ ਕੁਛ ਥੱਲੇ ਡਿੱਗ ਪਿਆ ਥੱਲੇ ਡਿੱਗ ਪਿਆ ਅੱਛਾ ਇੱਦਾਂ ਹੀ ਇਹ ਆ ਕਿ ਜਿਹੜੀ ਅਸੀਂ ਤਰੱਕੀ ਕੀਤੀ ਆ ਅਸੀਂ ਪਹਿਲਾਂ ਪਲੈਨਡ ਇਕੋਨਮੀ ਨਾਲ ਫਿਰ ਮਿਕਸਡ ਇਕੋਨਮੀ ਨਾਲ ਕਰਕੇ ਫਿਰ 1991 'ਚ ਅਸੀਂ ਇੰਟਰਗ੍ਰੇਟ ਹੋ ਗਏ ਸਲੋਲੀ ਸਲੋਲੀ ਆਪਣਾ ਰਿਫੋਰਮ ਸਟਰਕਚਰਲ ਰਿਫੋਰਮ ਇਕਨੋਮਿਕ ਰਿਫੋਰਮ ਪੋਲੀਟੀਕਲ ਰਿਫੋਰਮ ਸਿਸਟਮ ਦੇ ਨਾਲ ਚੱਲ ਰਹੇ ਹਾਂ ਇੰਡੀਆ ਦੀ ਸਭ ਤੋਂ ਵੱਡੀ ਕਾਮਯਾਬੀ
ਇਹ ਆ ਉਹ ਖਾਸ ਕਰਕੇ ਇਸ ਕਰਕੇ ਆ ਕਿ ਇੰਡੀਆ ਦਾ ਕਨਸਟੀਟਿਊਸ਼ਨ ਕੰਮ ਕਰ ਰਿਹਾ ਇਹ ਰਮੇਸ਼ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਸਾਡਾ ਇੱਥੇ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਬਹੁਤ ਅੱਛੀ ਤਰ੍ਹਾਂ ਦੇ ਨਾਲ ਕੰਮ ਕਰ ਰਿਹਾ ਇਹ ਕਈ ਅਸੀਂ ਸੁਣਦੇ ਵੀ ਹਾਂ ਪੜ੍ਹਦੇ ਵੀ ਆ ਰਹੇ ਹਾਂ ਵੀ ਸਾਡਾ ਜਿਹੜਾ ਸੰਵਿਧਾਨ ਇਹੋ ਜਿਹਾ ਜਿਹਨੂੰ ਪੂਰੀ ਦੁਨੀਆ ਦੇ ਲੋਕ ਮੰਨਦੇ ਆ ਵੀ ਮੋਸਟ ਜਿਹੜਾ ਡੈਮੋਕ੍ਰੇਟਿਕ ਜਿਹੜਾ ਸਾਡਾ ਸਿਸਟਮ ਇੱਥੇ ਦਾ ਹਰ ਕਿਸੇ ਨੂੰ ਇੱਥੇ ਦਾ ਹੱਕ ਹੈ ਜਿਹੜੇ ਲੈ ਸਕਦੇ ਆ ਪਰ ਇਹਦੇ ਵਿੱਚ ਵੀ ਇੱਕ ਚੀਜ਼ ਸਾਹਮਣੇ ਉੱਭਰ ਕੇ ਆਉਂਦੀ ਹੈ ਵੀ ਇੱਥੇ ਵੀ ਜਿਹੜਾ ਜਿਹਦੇ ਕੋਲ ਪਾਵਰ ਹੈ ਪਾਵਰ ਕਿਹਨੂੰ ਕਹਿੰਦੇ ਆ ਇਕਨੋਮਿਕ ਪਾਵਰ ਜਿਹਦੇ ਕੋਲ ਇਕਨੋਮਿਕ ਪਾਵਰ ਹੈ ਉਹ ਹੀ ਪੋਲੀਟੀਕਲ ਪਾਵਰ ਗਰੇਵ ਕਰਦਾ ਇਹਦੇ ਪ੍ਰਤੀ ਕੀ ਕਹਿਣਾ ਚਾਹੁੰਦਾ ਮੈਂ ਬਾਹਰ ਅੰਬੈਸਡਰ ਰਿਹਾ ਇੰਡੀਆ ਗਵਰਨਮੈਂਟ ਨੂੰ ਇੰਡੀਆ ਦੇ ਇੰਡੀਆ ਕੰਟਰੀ ਨੂੰ ਰਿਪ੍ਰੈਜੈਂਟ ਕਰਦਾ ਰਿਹਾ ਇੰਨਾ ਕੁਛ ਹੋਣ ਦੇ ਬਾਵਜੂਦ ਜਿੱਦਾਂ ਮੈਂ ਦੱਸਿਆ ਕੰਸਟੀਟਿਊਸ਼ਨ ਕੰਮ ਕਰ ਰਿਹਾ ਇਹ ਪੋਲੀਟੀਕਲ ਗੱਲ ਆ ਇੱਕ ਗਵਰਨੈਂਸ ਦੀ ਗੱਲ ਆ ਜਿਸ ਤੱਕ ਹੁਣ ਇਕੋਨਮੀ ਦੀ ਗੱਲ ਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਤਰੱਕੀ ਨਹੀਂ ਕੀਤੀ ਇੰਡੀਆ ਹੁਣ ਵਨ ਆਫ ਦਾ ਫਾਸਟੈਸਟ ਗਰੋਇੰਗ ਇਕੋਨਮੀ ਆ ਹਰ ਇੰਟਰਨੈਸ਼ਨਲ ਇਕੋਨਮੀ ਦੇ ਵਿੱਚ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਇੰਡੀਆ 'ਚ ਉੱਦਾਂ ਦੀ ਪ੍ਰੋਬਲਮ ਨਹੀਂ ਆਈ ਇੰਡੀਆ ਇਜ਼ ਵਨ ਆਫ ਦਾ ਫਾਸਟੈਸਟ ਗਰੋਇੰਗ ਇਕੋਨਮੀ ਇੰਡੀਆ ਪਰਚੇਜਿੰਗ ਪਾਵਰ ਪੈਰਿਟੀ ਦੇ ਨਾਲ ਈਵਨ ਅਸੀਂ ਫਰਾਂਸ ਤੋਂ ਵੀ ਅੱਗੇ ਹਾਂ ਇਹ ਗੱਲਾਂ ਕਈ ਜਿਹੜੇ ਸਟੈਟਿਕਸ ਆ ਜਿਹੜੇ ਉੱਦਾਂ ਇਹ ਸਾਨੂੰ ਤਰੱਕੀ ਵੱਲ ਗਏ ਆ ਸਾਡੀ ਲਾਈਫ ਸੁਧਰੀ ਆ ਸਾਡੀ ਰਹਿਣ ਸਹਿਣ ਬਦਲੇ ਆ ਬਦਲਿਆ ਆ ਇਕੋਨਮੀ ਦੇ ਵਿੱਚ ਬਹੁਤ ਤਰੱਕੀ ਹੋਈ ਪਰ ਗਰੀਬੀ ਬਹੁਤ ਹੈ ਹਾਲੇ ਵੀ 40% ਲੋਕ ਗਰੀਬੀ ਰੇਖਾ ਤੋਂ ਲਗਭਗ ਥੱਲੇ ਰਹਿੰਦੇ ਇਸ ਵਕਤ ਚਾਹੇ ਸਰਕਾਰੀ ਫਿਗਰਾਂ 30% ਫਿਰ 33% ਹੋਣ ਪਰ ਗਰੀਬੀ ਬਹੁਤ ਗਰੀਬ ਬਲੋ ਪ੍ਰੋਵਰਟੀ ਲਾਈਨ ਰਹਿੰਦੇ ਹਾਂ ਅਸੀਂ ਬਹੁਤ ਕੁਛ ਕਰਨ ਵਾਲਾ ਆ ਅਸੀਂ ਬਹੁਤ ਕੁਛ ਕਰਨਾ ਆ ਬਹੁਤ ਤਰੱਕੀ ਕਰਨ ਵਾਲੀ ਪਈ ਹੈ ਬਹੁਤ ਗਰੀਬੀ ਨੂੰ ਹਟਾਉਣ ਵਾਲੀ ਪਈ ਹੈ ਇਕਨੋਮਿਕ ਡਿਸਪੈਰਿਟੀ ਨੂੰ ਹਟਾਉਣਾ ਗਰੀਬੀ ਨੂੰ ਰਿਮੂਵ ਕਰਨਾ ਐਲੀਵੇਟ ਕਰਨਾ ਉਹਦੇ ਨਾਲ ਸੋਸ਼ਲ ਹਾਲੇ ਸੋਸ਼ਲ ਪ੍ਰੋਬਲਮਸ ਵੀ ਬਹੁਤ ਆ ਡਿਸਕ੍ਰੀਮੀਨੇਸ਼ਨ ਸੋਸ਼ਲ ਡਿਸਕ੍ਰੀਮੀਨੇਸ਼ਨ ਬਹੁਤ ਆ ਕਾਸਟ ਸਿਸਟਮ ਹਾਲੇ ਖਤਮ ਪੂਰੀ ਤਰ੍ਹਾਂ ਨਹੀਂ ਹੋ ਰਿਹਾ ਇਹ ਗੱਲਾਂ ਬਹੁਤ ਸਾਰੇ ਚੈਲੇਂਜਸ ਆ ਇੰਡੀਆ ਦੇ ਮੋਹਰੇ ਉਹ ਚੈਲੇਂਜਸ ਮੇਰਾ ਖਿਆਲ ਦੇ ਨਾਲ ਜੇਕਰ ਅਸੀਂ ਇਸੇ ਤਰ੍ਹਾਂ ਡੈਮੋਕ੍ਰੇਟਿਕ ਸੋਸਾਇਟੀ ਦੇ ਵਿੱਚ ਰਹੇ ਡੈਮੋਕ੍ਰੇਟਿਕ ਪੋਲਿਟੀ ਦੇ ਵਿੱਚ ਰਹੇ ਇੱਕ ਕੰਸਟੀਟਿਊਸ਼ਨਲ ਸਿਸਟਮ ਦੇ ਅੰਡਰ ਰਹੇ ਤਾਂ ਅਸੀਂ ਬਹੁਤ ਜਲਦੀ ਉਹ ਚੀਜ਼ਾਂ ਨੂੰ ਓਵਰ ਪਾਵਰ ਕਰ ਲਵਾਂਗੇ ਮੈਂ ਇਹਦੇ ਨਾਲ ਹੀ ਢੁਕਮਕ ਸਵਾਲ ਹੈ ਤੁਹਾਡੇ ਤੱਕ ਜਿਹੜੇ ਤੁਸੀਂ ਕਹਿੰਦੇ 40% ਅਜੇ ਵੀ ਲੋਕ ਭਾਰਤ ਦੇਸ਼ ਦੇ ਜਿਹੜੇ ਨਾਗਰਿਕ ਹੈ ਉਹ ਬਲੋ ਪਾਵਰਟੀ ਲਾਈਨ ਹੈ ਇਹਦਾ ਮਤਲਬ ਉਹਨਾਂ ਨੂੰ ਇੱਕ ਟਾਈਮ ਦੀ ਵੀ ਰੋਟੀ ਪ੍ਰੋਪਰਲੀ ਨਹੀਂ ਮਿਲਦੀ ਰੋਟੀ ਕੱਪੜਾ ਮਕਾਨ ਮਕੂਨ ਦੀ ਤਾਂ ਗੱਲ ਹੀ ਛੱਡ ਦਿਓ ਔਰ ਅਸੀਂ ਇਹ ਸੀਨ ਆਮ ਤੌਰ 'ਤੇ ਸੜਕਾਂ ਦੇ ਕਿਨਾਰੇ ਲਾਈਨਾਂ ਦੇ ਕਿਨਾਰੇ ਦੇਖਦੇ ਆ ਰਹੇ ਨੇ ਜਿਹੜਾ ਬਹੁਤ ਹੀ ਭੈੜਾ ਲੱਗਦਾ ਜਿਹੜੇ ਸਾਡੇ NRI ਦੇਸ਼ ਬਾਹਰ ਬੈਠੇ ਆ ਆਹ ਜਿਹੜੀ ਤੁਸੀਂ ਗੱਲ ਕੀਤੀ ਆ ਚਾਈਨਾ ਮੈਂ ਰਿਹਾ ਚਾਈਨਾ ਸਾਡੇ ਨਾਲ ਵੱਡਾ ਮੁਲਕ ਆ ਆਬਾਦੀ ਜ਼ਿਆਦਾ ਗਰੀਬੀ ਸਾਡੇ ਵਰਗੀ ਸੀਗੀ ਉਸ ਵੇਲੇ ਠੀਕ ਹੈ ਪਰ ਮੈਂ ਚਾਈਨਾ 'ਚ ਇਹ ਕੰਮ ਨਹੀਂ ਦੇਖਿਆ ਇਸ ਕਰਕੇ ਜਿਹੜਾ ਆਹ ਕੰਮ ਅਸੀਂ ਕਰ ਰਹੇ ਹਾਂ ਇਹ ਸਾਡਾ ਸਮਾਜ ਸਾਡਾ ਜਿਹੜਾ ਸੁਸਾਇਟੀ ਦੀ ਚਾਲ ਸਾਡੀ ਜਿਹੜੀ ਈਥੋਸ ਆ ਸੋਚਣ ਦੇ ਮੋਰਲ ਐਥਿਕ ਵੈਲਿਊਜ਼ ਆ ਜਿਹੜੀ ਸੋਸ਼ਲ ਵੈਲਿਊਜ਼ ਆ ਸਾਡੀਆਂ ਪੋਰ ਆ ਆਈ ਐਮ ਸੋਰੀ ਮੈਂ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ NRIs ਪ੍ਰਵਾਸੀ ਭਾਰਤੀ ਬੈਠੇ ਬਾ ਬਹੁਤ ਵੱਡੇ ਇੰਡਸਟਰੀਲਿਸਟ ਹੈ ਬਹੁਤ ਵੱਡੇ ਵੱਡੇ ਪ੍ਰੋਗਰਾਮ ਵੀ ਕਰਦੇ ਆ ਬਹੁਤ ਉਹਨਾਂ ਦਾ ਦੇਸ਼ ਲਈ ਕੰਟਰੀਬਿਊਸ਼ਨ ਵੀ ਹੈ ਉਹ ਇੰਡਸਟਰੀਲਿਸਟ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਆ ਕਿ ਉਹਨਾਂ ਦੀ ਇੱਕ ਜਿੱਥੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉੱਥੇ ਇਹ ਯੋਗਦਾਨ ਨਹੀਂ ਹੋ ਸਕਦਾ ਕਿ ਉਸੇ ਝੁੱਗੀ ਝੋਪੜੀ ਦੇ ਬੱਚਿਆਂ ਨੂੰ ਉਹ ਆਪਣੇ ਦੂਜੇ ਮੁਲਕ ਵਿੱਚ ਬੁਲਾਉਣ ਉਸ ਮੁਲਕ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹ ਆਪਣੀ ਇੰਡਸਟਰੀ ਦੇ ਵਿੱਚ ਉੱਥੇ ਕੰਮ ਦੇਣ ਤਾਂ ਕਿ ਉਹ ਉੱਥੋਂ ਆਪਣੇ ਜਿਹੜਾ ਲਿਵਿੰਗ ਸਟੈਂਡਰਡ ਪਲੱਸ ਕਲਚਰ ਚੇਂਜ ਉਹ ਕਰਕੇ ਭਾਰਤ ਦੇਸ਼ ਵਿੱਚ ਵਾਪਸ ਆਉਣ ਉਹ ਇਹ ਜਿਹੜੇ ਨਕਸ਼ੇ ਸਾਡੇ ਲਾਈਨਾਂ ਦੇ ਕਿਨਾਰੇ ਲੋਕ ਫੋਟੋ ਖਿੱਚ ਕੇ ਲੈ ਕੇ ਜਾਂਦੇ ਆ ਇਹ ਬੰਦ ਹੋਣ ਇਹਦੇ ਪ੍ਰਤੀ ਤੁਸੀਂ ਸਰ NRIs ਇਸ ਲੈਵਲ ਦੀ ਗੱਲ ਆ ਕੇ ਕਰਨ ਤਾਂ ਬਹੁਤ ਚੰਗਾ ਹੈ ਜੇ ਕੋਈ ਉਹ ਸਾਡੇ ਇਸ ਤਰ੍ਹਾਂ ਦੀ ਪ੍ਰੋਬਲਮਸ ਨੂੰ ਲੈ ਕੇ ਸਾਨੂੰ ਐਜੂਕੇਟ ਕਰਨ ਅਵੇਅਰ ਕਰਨ ਜਾਂ ਉਹਨੂੰ ਕਿਸੇ ਤਰੀਕੇ ਨਾਲ ਇਕਨੋਮਿਕ ਮਦਦ ਕਰਕੇ ਉਹਨੂੰ ਕਰਨ ਦੀ ਕੋਸ਼ਿਸ਼ ਕਰਨ ਚੰਗੀ ਗੱਲ ਆ ਪਰ ਲੈਟ ਅਸ ਸਟਾਰਟ
फ्रॉम होम जिहड़ी इत्थे दी इंडस्ट्रीज़ ते टाटा आ बिरला आ वड्डे अंबानी आ जां होर आ उहनां दी जिहड़ी सोशल पॉलिसी की आ उहनां दा कंट्रीब्यूशन सोशल अपलिफ्ट लई की आ उही नहीं आ तां असीं बाहरली ते बाहरली गल आ असीं लेट अस प्रिपेयर अवर ओन प्राइवेट सैक्टर टू इनवैसट इन दिस सैक्टर सोशल एक्टिविटी की आ उहदा वी उहनां दा सोशल कंट्रीब्यूशन पैसे तो कमाई जाते हो पर उन्होंने सोशल कंट्रीब्यूशन कोई नहीं आ जात पात तोड़न वाल की कर रहे हैं वो साड़ी जिहड़ी सैनिटेशन वर्ग की कर रहे हैं साड़े इनवायरमेंट नूं देखण लई की कर रहे हैं साड़े इन्हां इन्हां च उन्हां दा कोई कंट्रीब्यूशन नहीं जो हैगा तो बहुत मामूली कंट्रीब्यूशन आ जिहड़ा कि निगलिजिबल ये बहुत वधिया तुसीं ये मैसेज दिता कि जिहड़े साडे अंबानी टाटा वाटा दूजे ग्रुप आ साडे कोल वड्डे वड्डे ग्रुप आ इन्हां नूं ही चाहीदा है कि वह बच्चों उत्थे लियां क्योंकि मैं कास्टिज़म कदों तक है ये कास्टिज़म उदों तक ही है जदों तक किसी कोल इकनोमिक पावर नहीं आती उहदे लई एजुकेशन मस्ट है जिवें कि इत्थे जदों तुसीं भी लगे हैं स्पीट संस्था हैगी है ਤੁਸੀਂ ਗਰੀਬ ਬੱਚਿਆਂ ਨੂੰ ਜਿਹੜੇ ਰਿਸਪੈਕਟ ਆਫ ਕਾਸਟ ਕਲਰ ਰਿਲੀਜਨ ਐਂਡ ਕਲਰ ਤੁਸੀਂ ਉਹਨਾਂ ਬੱਚਿਆਂ ਨੂੰ ਅਡੋਪਟ ਕਰਕੇ ਤੁਸੀਂ ਉਹਨਾਂ ਨੂੰ ਕੰਪਿਊਟਰ ਟ੍ਰੇਨਿੰਗ ਸੈਂਟਰ ਇੰਗਲਿਸ਼ ਮੈਥ ਦੇ ਵਿੱਚ ਤਾਂ ਕਿ ਉਹ ਮੇਨ ਸਟ੍ਰੀਮ ਦੇ ਵਿੱਚ ਆ ਸਕਣ ਕੀ ਇਹ ਜਿਹੜੇ ਸਾਡੇ ਇੰਡਸਟਰੀ ਹੈ ਸਾਡੇ ਭਾਰਤ ਦੇਸ਼ ਦੀ ਇਕਾਨਮੀ ਇਹਨਾਂ ਦੇ ਹੱਥ 'ਚ ਹੈ ਔਰ ਇਹਨਾਂ ਦੀ ਕਿਆ ਡਿਊਟੀ ਬਣਦੀ ਹੈ ਕਿ ਉਹ ਉਸ ਫੀਲਡ ਵਿੱਚ ਜਾਣ ਉਹ ਬੱਚਿਆਂ ਨੂੰ ਅਡੋਪਟ ਕਰਨ ਇਹ ਜਿਹੜੀ ਮੰਗਣ ਵਾਲੀ ਪ੍ਰਥਾ ਜਾਂ ਇੰਨੀ ਭੈੜੀ ਹਾਲਤ ਹੈ ਉਹਨਾਂ ਦਾ ਮੈਂਟਲ ਸੈਟਅਪ ਚੇਂਜ ਕਰਨ ਉਹ ਮੇਨ ਸਟ੍ਰੀਮ 'ਚ ਆ ਜਾਣ ਤਾਂ ਕਿ ਇਹੋ ਜਿਹਾ ਸੀਨ ਨਾ ਦਿਸਣ ਇਹਦੇ ਪ੍ਰਤੀ ਤੁਸੀਂ ਇਹ ਬਿਲਕੁਲ ਗੌਰਮੈਂਟ ਦੇ ਨਾਲ ਪਾਰਟਨਰਸ਼ਿਪ ਦੀ ਲੋੜ ਹੈ ਜਿਹੜੇ ਪ੍ਰਾਈਵੇਟ ਸੈਕਟਰ ਨੂੰ ਸੋਸ਼ਲ ਸੈਕਟਰ ਦੇ ਵਿੱਚ ਆਉਣ ਦੀ ਲੋੜ ਆ ਤਾਂ ਕਿ ਉਹ ਇੱਕ ਜਿਹੜਾ ਅਫਰਮੇਟਿਵ ਐਕਸ਼ਨ ਉਹ ਤਾਂ ਅਮੈਰੀਕਨ ਇਕੋਨਮੀ ਦੇ ਵਿੱਚ ਵੀ ਜਿਹੜਾ ਉੱਥੇ ਦਾ ਇੰਡਸਟਰੀਅਲਿਸਟ ਹੈ ਉਹ ਮੈਂ ਸੈਕੰਡਰੀ ਵੇਚ ਰਿਹਾ ਉੱਥੇ ਦੀ ਜਿਹੜੀ ਵੱਡੀ ਵੱਡੀ ਇੰਡਸਟਰੀਅਲਿਸਟ ਆ ਉਹ ਫਾਰਮੇਟਿਵ ਐਕਸ਼ਨ ਦੇ ਨਾਲ ਸਰਕਾਰ ਨੂੰ ਰਿਸਰਚ ਦੇ ਵਿੱਚ ਹਿੱਸਾ ਪਾਉਂਦੇ ਆ ਸਰਕਾਰ ਦੇ ਸੋਸ਼ਲ ਪ੍ਰੋਗਰਾਮ ਵਿੱਚ ਹਿੱਸਾ ਪਾਉਂਦੇ ਆ ਪਰ ਸਾਡਾ ਇਹ ਕਲਚਰ ਡਿਵੈਲਪ ਨਹੀਂ ਹੋਇਆ ਕਿਉਂਕਿ ਇੰਡੀਆ ਦਾ ਬਿਜ਼ਨਸ ਪਹਿਲਾਂ ਸੀਗਾ ਸਿਰਫ ਲਾਲਾ ਕਲਚਰ ਸੀਗਾ ਇੱਕ ਫੈਮਿਲੀ ਓਰੀਐਂਟਡ ਬਿਜ਼ਨਸ ਸੀਗੇ ਅਸੀਂ ਹੁਣ ਕਾਰਪੋਰੇਟ ਬਿਜ਼ਨਸ 'ਚ ਆ ਗਏ ਹਾਂ ਕਾਰਪੋਰੇਟ ਜਿਹੜੇ ਵੱਡੇ ਵੱਡੇ ਕਾਰਪੋਰੇਟ ਬਣ ਗਏ ਆ ਤਾਂ ਦੇ ਮਸਟ ਅੰਡਰਟੇਕ ਦੇ ਸੋਸ਼ਲ ਰਿਸਪੋਂਸੀਬਿਲਟੀ ਆਲਸੋ ਰੀਲੀ ਰੀਲੀ ਇਹ ਰਿਸਪੋਂਸੀਬਿਲਟੀ ਜਦੋਂ ਵੀ ਹੈਗੀ ਹੈ ਜਦੋਂ ਵੀ ਸਾਡਾ ਇੱਥੇ ਦਾ ਸਾਡਾ ਬਣਿਆ ਸਮਾਨ ਦੂਸਰੇ ਮੁਲਕਾਂ 'ਚ ਜਾਂਦਾ ਹੈ ਉਹ ਬਾਹਰਲੇ ਮੁਲਕ ਇਹਨੂੰ ਇੰਪੋਰਟ ਕਰਦੇ ਹੈ ਅਤੇ ਉਹਦੇ ਵਿੱਚ ਇੱਕ ਇੰਟਰਨੈਸ਼ਨਲ ਲਾ ਵੀ ਆ ਕੋਈ ਕਿ ਜਿਹੜਾ ਵੀ ਤੁਸੀਂ ਆਪਣੀ ਫੈਕਟਰੀ ਦੇ ਜਿਹੜੇ ਵਰਕਰ ਹੈ ਜਾਂ ਗਰੀਬ ਬੱਚੇ ਚਾਹੇ ਲੇਬਰ ਉਹਨਾਂ ਨੂੰ ਨਾਲ ਲੈ ਕੇ ਚਲੋ ਅਦਰਵਾਈਜ਼ ਉਹ ਤੁਹਾਡਾ ਮਾਲ ਇੰਪੋਰਟ ਨਹੀਂ ਕਰਨਗੇ ਇਹ ਕੀ ਕਾਨੂੰਨ ਹੈ ਕੀ ਇੰਟਰਨੈਸ਼ਨਲ ਇਹ ਕਾਨੂੰਨ ਹੈ ਜਿਹੜੇ ਬੜੇ ਬੜੇ ਕਾਰਪੋਰੇਟ ਬਾਹਰਲੇ ਆ ਇੰਪੋਰਟ ਕਰਦੇ ਇੰਡੀਆ ਤੋਂ ਸਾਡੀ ਜਿੱਦਾਂ ਇੰਡਸਟਰੀ ਕਾਰਪੋਰੇਟ ਇੰਡਸਟਰੀ ਹਾਊਸ ਹੋਲਡ ਇੰਡਸਟਰੀ ਹੈ ਉਹ ਕਹਿੰਦੇ ਇੱਥੇ ਚਾਈਲਡ ਲੇਬਰ ਨਾ ਹੋ ਰਹੀ ਇੰਡੀਆ ਤੋਂ ਅਸੀਂ ਇੰਪੋਰਟ ਨਹੀਂ ਤਾਂ ਕਰਨਾ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਪਰ ਫਰੈਂਕਲੀ ਸਪੀਕਿੰਗ ਮੈਂ ਕੁਛ ਚੀਜ਼ਾਂ ਅੰਦਰਲੀਆਂ ਜਾਣਦਾ ਹਾਂ ਇਹ ਸਿਸਟਮ ਅਸੀਂ ਫੇਲ ਕਰ ਦਿੱਤਾ ਇੰਡੀਅਨ ਕਲਚਰ ਨੇ ਫੇਲ ਕਰਤਾ ਕਿ ਉਹਦੇ ਵਿੱਚ ਵੀ ਉਹਨਾਂ ਨੇ ਬੰਦੇ ਖਰੀਦ ਲਿਆ ਜਿਹੜੇ ਆਡਿਟ ਕਰਨ ਆਉਂਦੇ ਆ ਉਹ ਉਹਨਾਂ ਲੋਕਾਂ ਨੂੰ ਖਿਲਾਫ ਲਾ ਕੇ ਭੇਜ ਦਿੰਦੇ ਆ ਔਰ ਚਾਈਲਡ ਲੇਬਰ ਉੱਡੇ ਹੋਈ ਜਾ ਰਹੀ ਇਹ ਜਿਹੜੇ ਸੋਸ਼ਲ ਆਡਿਟ ਕਰਨ ਆਉਂਦੇ ਆ ਜਿਹੜੇ ਉਹ ਜਿਹੜੇ ਕਾਰਪੋਰੇਟ ਸੈਕਟਰ ਜਿਹੜੇ ਬਾਹਰਲੇ ਇੰਪੋਰਟ ਕਰਦੇ ਆ ਉਹਨਾਂ ਨੂੰ ਝੂਠੇ ਸਰਟੀਫਿਕੇਟ ਦਿੱਤੇ ਜਾਂਦੇ ਆ ਇੱਥੇ ਦੀ ਜਿਹੜੀ ਸਿਸਟਮ ਇੱਦਾਂ ਦਾ ਆ ਉਹ ਝੂਠੇ ਸਰਟੀਫਿਕੇਟ ਜਿਹੜੇ ਉਹਨਾਂ ਨੇ ਬੰਦੇ ਇੰਪੋਰਟ ਕੀਤੇ ਅਪੁਆਇੰਟ ਕੀਤੇ ਆ ਇੱਕ ਸੋਸ਼ਲ ਕਰਨ ਲਈ ਉਹਨਾਂ ਨੇ ਖਰੀਦ ਲਿਆ ਕਰਪਸ਼ਨ ਜਾਂ ਜਿਹੜਾ ਇੱਕ ਸੋਸ਼ਲ ਸਿਸਟਮ ਜਾਂ ਜਿਹੜਾ ਇਸ ਤਰ੍ਹਾਂ ਜਿਹੜਾ ਇੱਕ ਬਿਜ਼ਨਸ ਕਲਚਰ ਆ ਇੰਡੀਆ ਦਾ ਬਹੁਤ ਅਲੱਗ ਆ ਉਹਨੂੰ ਬੜਾ ਚੇਂਜ ਕਰਨ ਦੀ ਲੋੜ ਹੈ ਇਹ ਇੱਕ ਜਿਹੜੀ ਗੱਲ ਤੁਹਾਡੀ ਹੈਗੀ ਹੈ ਇਹ ਕਿ ਤੁਸੀਂ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਜਦੋਂ ਆਪਣੀ ਨੌਕਰੀ 'ਚ ਆਏ ਹੈ ਉਸ ਤੋਂ ਪਹਿਲਾਂ ਤੁਹਾਡੀ ਮੁੱਢਲੀ ਜਿਹੜੀ ਤੁਹਾਡਾ ਲਾਈਫ ਜੀਵਨ ਕਿਵੇਂ ਚੱਲਿਆ ਅਤੇ ਕਿਵੇਂ ਤੁਸੀਂ ਇਹ ਇਸ ਫੋਰਨ ਡਿਪਾਰਟਮੈਂਟ 'ਚ ਪਹੁੰਚੇ ਹਾਂ ਪਹਿਲੀ ਗੱਲ ਮੈਂ ਇਹ ਆਪਣੇ ਸਮਾਜ ਦਾ ਇੱਕ ਛੋਟਾ ਔਰ ਮਾਮੂਲੀ ਬੈਕਗਰਾਊਂਡ ਦਾ ਬੰਦਾ ਹਾਂ ਮੇਰੇ ਪੇਰੈਂਟਸ ਬਹੁਤ ਸਧਾਰਨ ਬੂਟਾ ਮੰਡੀ ਇੱਕ ਜ਼ਿਲ੍ਹਾ ਦਾ ਨਾਂ ਆ ਪੇਰੈਂਟਸ ਬਹੁਤ ਸਧਾਰਨ ਸਮਾਜ ਦੇ ਬੰਦੇ ਸਧਾਰਨ ਇਕਨੋਮਿਕ ਬੈਕਗਰਾਊਂਡ ਦੇ ਬੰਦੇ ਸੀ ਤਾਂ ਬੜੀ ਹਿੰਮਤ ਔਰ ਬਹੁਤ ਕੋਸ਼ਿਸ਼ ਕਰਕੇ
मैं आई मस्ट से कि मैं शायद अपनी एज तो पहले ही थोड़ा जा मैच्योर हो गया सी कि जिहड़े मेरे बाल आले वाले लोगों को कई गल्लां दा नहीं भी पता सी, तां मैनूं उस वेलां थोड़ा बहुत पता सीगा कि कोशिश करदा सी पता लाउण दी, क्योंकि इह रियलाइजेशन सी मन दे विच कि बई कुछ बी ए करके घट्टो घट्ट मिनीमम बी ए होनी चाहीदी। माली हालात मेरे पेरेंट्स की कमजोर सीगी, तो फिर भी मैं कोशिश करके वो की अपने दोस्तों नाल अपने करके गया मैं बैक। पर मेरे फादर का खास करके बहुत बड़ा हित है कि मैनू उन्होंने एक सेंस ऑफ इनकुआरी, सेंस ऑफ नॉलेज मेरे फादर तो मैं सीखा। कुछ कुछ सैक्टर्स मैं थोड़ा जहा ज़्यादा अवेयर से बस उस अवेयरनेस ने मेरे ख्याल मैनू इधर तो दिता, मैं इतने तक पहुंचा, एक मेहनत की तो अपने आप मैं समझना मैं खुश खुशकिस्मत भी है कि मैं एक अपॉर्चुनिटी मिल गई। मैं थिकनेस च रहा, प्रेजिडेंट्स काम किया, इंदिरा गांधी काम किया, राजीव गांधी साहब ने काम किया, अटल बिहारी वाजपेयी साहब ने काम किया, मोरारजी देसाई साहब ने काम किया। आई मस्ट से दैट आई वॉज लकी। ठीक है, ये अपना तुसी बहुत ही वधिया गल्लां दसियां और सही पुछो तो तुहाडी जिंदगी तो बहुत कुछ लोगों नूं सीखना चाहिए। तुसी मार्गदर्शक हो, अज भी तुसी समाज दे विच उही काम करदे आ रहे हैं और तुसी इत्थे आए हैं, तुहाडा बहुत बहुत धन्नवाद।